हाँ जी मैडम, करो शुरू। पंजाब साहित्य अकादमी चंडीगढ़ वालों शिव कुमार बटालवी दी 51वीं बरसी नूं समर्पित शिव दी शायरी ते चिंतन ते गायन इस प्रोग्राम विच शामिल साडे बहुत ही सत्कारयोग डॉक्टर सरबजीत कौर सोल प्रधान साहित्य अकादमी चंडीगढ़ इस विच शामिल सारियां ही महानास हस्तियां नूं साडे पंजाब साहित्य अकादमी दे वर्चुअल वेड़े विच जी आयां नूं आपका बहुत स्वागत है जी। सब तो पहले मैं डॉक्टर सरबजीत कौर सोल जी पासों इजाजत चाहवांगी प्रोग्राम शुरू करन दी अते उन्हां नूं कहां कि वो अपने स्वागती शब्दां दे नाल साडे प्रोग्राम दी शुरुआत करन जी। डॉक्टर सोल बहुत शुक्रिया कालो मैडम। साढ़े बहुत ही सत्कारयोग अज पंजाब साहित्य अकादमी दे इस वर्चुअल मंच दे उत्ते साढ़े नाल जुड़े हुए डॉक्टर रजाक शाहिद जी, डायरेक्टर ने दयाल सिंह सेंटर अते वर्ल्ड पंजाबी सेंटर लाहौर, थोड़ा बहुत बहुत स्वागत है जी, खुश आमदीद। साढ़े अपने बहुत ही चिंतक ते लेखक ते हरफन मौला डॉक्टर कुलदीप सिंह दीप जी, अरतिंदर संधू जी जेडे के संपादक ने एकम दे, और साढ़े अज दे इस प्रोग्राम दे विच शामिल ने अजैब सिंह जट्ठा जी, उन्हों का भी स्वागत है। ते जिहड़ा अज असी शिव कुमार बटालवी जी दी 51वीं बरसी नूं समर्पित प्रोग्राम करन जा रहे हाँ, उहदे च असी उन्हां बारे गल्लां भी करांगे, और उन्हां दी शायरी नूं गाउण दे लई साडे नाल बड़े ही सुरीले गले वाले और जिहड़े के कह लो कि समय नूं बन्न लैंदे ने, उन्हां दे अज उन्हां दा भी स्वागत हैगा, जिन्हां च शामिल ने गुरमेल संघा जी इंग्लैंड तों, रिंटू भाटिया जी कैनेडा तों, ते राज लाली बटाला जी अमरीका तों, रमा सेखों जी ऑस्ट्रेलिया तों, ते पंजाब तों परमजीत नूर। सो इस प्रोग्राम दे कन्वीनर डॉक्टर सतेंद्र कालो ते साडे सकत्तर डॉक्टर रवेल सिंह, सारिया नूं इस प्रोग्राम दे विच जी आया नूं। जदों असीं शिव कुमार बटालवी नूं याद करदे हाँ तां साडे चेतियां दे विच कह लो कि जदों असीं कॉलेज दे विच पढ़दे सी, शायद अज तों 35-40 साल पहलां, ਤਾਂ ਉਦੋਂ ਵੀ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਉਸੇ ਤਰ੍ਹਾਂ ਸੁਣੀ ਜਾਂਦੀ ਸੀ। ਔਰ ਮੈਨੂੰ ਯਾਦ ਆ, ਮੈਂ ਇਹਨਾਂ ਦੀਆਂ ਗਜ਼ਲਾਂ ਨੂੰ ਸੁਣ ਸੁਣ ਕੇ ਗੀਤਾਂ ਨੂੰ ਤੇ ਮੈਂ ਡਾਇਰੀ ਦੇ ਉੱਤੇ ਲਿਖਦੀ ਹੁੰਦੀ ਸੀ, ਤੇ ਉਹ ਡਾਇਰੀ ਅਜੇ ਵੀ ਮੇਰੇ ਕੋਲੇ ਸੰਭਾਲੀ ਪਈ ਆ। ਸੋ ਉਸ ਸਮੇਂ ਤੋਂ ਲੈ ਕੇ, ਯਾਨੀ ਕਿ ਜਿਹੜਾ ਸਾਡਾ ਸਮਾਂ ਬੀਤ ਚੁੱਕਿਆ, ਜਿਹੜਾ ਜੋ ਜਿਸ ਸਮੇਂ ਦੇ ਵਿੱਚ ਸ਼ਿਵ ਬਟਾਲਵੀ ਜੀ ਹੋਏ, ਉਹਨਾਂ ਦੀ ਸ਼ਾਇਰੀ ਦੀ ਪੁਖਤ ਵੀ, ਉਹਨਾਂ ਨੇ ਬੁਲੰਦੀਆਂ ਨੂੰ ਛੂਹਿਆ, ਉਹਨਾਂ ਦੀ ਗਾਇਣ, ਉਹਨਾਂ ਦਾ ਆਪਣੀ ਸ਼ਖਸੀਅਤ, ਉਹ ਸਾਰੇ ਦੇ ਨਾਲ ਨਾਲ ਉਹ ਮੈਨੂੰ ਲੱਗਦਾ ਹੈ ਕਿ ਹੁਣ ਅੱਜ ਦੇ ਸਮੇਂ 'ਚ ਵੀ ਓਨੀ ਹੀ ਉਹਦੀ ਬੁੱਕਤ ਹੈ, ਜਾਂ ਓਨੇ ਹੀ ਉਸ ਨੂੰ ਪਸੰਦ ਕੀਤਾ ਜਾਂਦਾ ਹੈ, ਔਰ ਭਵਿੱਖ ਦੇ ਵਿੱਚ ਵੀ ਸ਼ਿਵ ਕੁਮਾਰ ਨੂੰ ਇਸੇ ਤਰ੍ਹਾਂ ਯਾਦ ਕੀਤਾ ਜਾਂਦਾ ਰਹੇਗਾ। ਸੋ ਜਦੋਂ ਕੋਈ ਵਿਅਕਤੀ ਕਿਸੇ ਦੀ ਸ਼ਾਇਰੀ ਜਿਹਦੇ ਵਿੱਚ ਸੱਭਿਆਚਾਰਕ ਮੁਹਾਂਦਰਾ ਹੋਵੇ, ਜਿਹਦੇ ਅੱਜ ਵੀ ਮੈਨੂੰ ਲੱਗਦਾ ਕਿ ਉਸ ਪਾਏਦਾਰ ਸ਼ਖਸ ਵਰਗੀ ਸ਼ਾਇਰੀ ਜਿਹੜੀ ਆ ਉਹ ਸਾਨੂੰ ਅਜੇ ਨਹੀਂ ਮਿਲਦੀ ਕਿਤੇ ਵੀ। ਸੋ ਜੋ ਰੂਪ ਰੰਗ, ਜੋ ਅਲੰਕਾਰ, ਜੋ ਸ਼ਬਦ, ਜੋ ਭਾਸ਼ਾ ਉਹਨਾਂ ਨੇ ਵਰਤੀ, ਉਸ ਦਾ ਕੋਈ ਵੀ ਮੈਨੂੰ ਲੱਗਦਾ ਹੈ ਕਿ ਅਜੇ ਤੱਕ ਵੀ ਉਹਦਾ ਕੋਈ ਸਾਡੇ ਤੱਕ ਨਹੀਂ ਪਹੁੰਚਿਆ, ਕੋਈ ਵਿਅਕਤੀ ਇਹੋ ਜਿਹਾ ਜਿਸ ਜਿਹੜਾ ਉਸ ਸ਼ਾਇਰੀ ਦੇ ਉਸ ਮੁਕਾਮ ਤੱਕ ਪਹੁੰਚ ਸਕੇ ਜਿੱਥੇ ਸ਼ਿਵ ਕੁਮਾਰ ਬਟਾਲਵੀ ਜੀ ਪਹੁੰਚੇ ਸੀ। ਸੋ ਅਸੀਂ ਵੇਖਿਆ ਨਹੀਂ ਆ, ਉਹਨਾਂ ਨੂੰ ਸੁਣਿਆ ਆ,
ਉਹਨਾਂ ਦੀ ਸ਼ਾਇਰੀ ਦੀਆਂ ਕਹਿ ਲਓ ਕਿ ਵੀਡੀਓ ਆਡੀਓ ਰਿਕਾਰਡਿੰਗਸ ਸੁਣੀਆਂ ਨੇ। ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦੀ ਕਿਉਂਕਿ ਉਹਨਾਂ ਨੇ ਜਾਣਾ ਹੈਗਾ, ਲਾਲੀ ਜੀ ਨੇ ਚਲੇ ਜਾਣਾ ਹੈਗਾ। ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਨਿੱਘਾ ਸਵਾਗਤ ਕਰਦੀ। ਜੀ, ਬਹੁਤ ਸ਼ੁਕਰੀਆ ਡਾਕਟਰ ਸੋਲ। ਸੋ ਦੋਸਤੋ, ਮੈਂ ਇੱਥੇ ਦੱਸਣਾ ਚਾਹਾਂਗੀ ਕਿ ਡਾਕਟਰ ਸਰਬਜੀਤ ਕੌਰ ਸੋਲ ਦੀ ਯੋਗ ਅਗਵਾਈ ਵਿੱਚ ਇੱਕ ਬੜੇ ਲੰਮੇ ਸਮੇਂ ਤੋਂ ਸਾਡੀ ਪੰਜਾਬ ਸਾਹਿਤ ਅਕਾਦਮੀ ਅੱਗੇ ਹੀ ਅੱਗੇ ਵੱਧ ਰਹੀ ਹੈ। ਲਗਾਤਾਰਤਾ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਹਨ, ਸਾਹਿਤਕ ਸਰਗਰਮੀਆਂ ਹੋ ਰਹੀਆਂ ਹਨ, ਉਹਨਾਂ ਤਹਿਤ ਹੀ ਅੱਜ ਦਾ ਸਾਡਾ ਪ੍ਰੋਗਰਾਮ ਹੈ। ਔਰ ਸ਼ਿਵ ਬਟਾਲਵੀ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵ ਦੀਆਂ ਚੰਦ ਲਾਈਨਾਂ ਦੇ ਨਾਲ। ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ, ਤੂੰ ਵਾਹ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ, ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ, ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸਨੇ ਬਹੁਤ ਥੋੜੇ ਹੀ ਵਰਿਆਂ ਵਿੱਚ 1936 ਤੋਂ ਲੈ ਕੇ 1973 ਤੱਕ ਸਾਹਿਤ ਵਿੱਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਸੋ ਅਸੀਂ ਅੱਜ ਉਹਨਾਂ ਦੇ ਬਾਰੇ ਚ ਸੁਣਾਂਗੇ, ਉਹਨਾਂ ਦੀ ਗਾਇਕੀ ਨੂੰ ਸੁਣਾਂਗੇ। ਸਾਡੇ ਪਾਸ ਰਾਜ ਲਾਲੀ ਬਟਾਲਾ ਜੀ ਨੇ, ਜੋ ਕਿ ਬਹੁਤ ਉੱਗੇ ਗਜ਼ਲਗੋ ਨੇ, ਬਟਾਲਾ ਤੋਂ ਨੇ ਪਰ ਹੁਣ ਅਮਰੀਕਾ ਵਿੱਚ ਨੇ। ਸੋ ਮੈਂ ਉਹਨਾਂ ਨੂੰ ਗੁਜਾਰਿਸ਼ ਕਰਾਂਗੀ ਕਿ ਉਹ ਸਭ ਤੋਂ ਪਹਿਲੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿਵ ਦੀ ਗਾਇਕੀ ਦਾ ਗਾਇਨ ਕਰਨ। ਜੀ ਰਾਜ ਲਾਲੀ ਜੀ, ਹਾਂ ਜੀ, ਹਾਂ ਕੌਲੋ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰੇ ਚਿੰਤਕ ਹੋ, ਵਿਦਵਾਨ ਹੋ, ਸੂਝਵਾਨ ਹੋ, ਔਰ ਖਾਸ ਤੌਰ ਤੇ ਸ਼ੁਕਰਾਨਾ ਮੈਡਮ ਸੋਲ ਦਾ, ਡਾਕਟਰ ਦੀਪ ਦਾ, ਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਪ੍ਰੋਗਰਾਮ ਹੈ ਇੱਕ ਬਹੁਤ ਕਮਾਲ ਦਾ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਸ਼ਿਵ ਨੂੰ ਯਾਦ ਕਰ ਰਹੇ ਹਾਂ। ਸੋ ਬਹੁਤ ਵੱਡਾ ਵਧੀਆ ਔਰ ਨੇਕ ਉਪਰਾਲਾ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਅਦਾਬ। ਮੈਂ ਇੱਕ ਸ਼ਿਵ ਦੀ ਇੱਕ ਬੇਸਿਕਲੀ ਰਚਨਾ ਨਾਲ ਸਾਂਝ ਪਾਵਾਂਗਾ ਔਰ ਉਮੀਦ ਕਰਦਾ ਕਿ ਤੁਹਾਡੇ ਤੱਕ ਰਚਨਾ ਪਹੁੰਚੇਗੀ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਕੋਈ ਪ੍ਰੋਫੈਸ਼ਨਲ ਗਾਇਕ ਨਹੀਂ, ਪਰ ਆਪਣੇ ਮਨ ਨਾਲ ਜੋ ਵੀ ਮੈਨੂੰ ਚੰਗਾ ਲੱਗਦਾ ਮੈਂ ਉਸ ਚੀਜ਼ ਨੂੰ ਮੈਂ ਗਾਉਣਾ, ਉਸ ਚੀਜ਼ ਨੂੰ ਉਸ ਨੇ ਲੈ ਲਿਆ ਜਾਵੇ। ਠੀਕ ਹੈ ਜੀ, ਰਿੰਟੂ ਜੀ, ਪਰਮਜੀਤ ਜੀ, ਥੈਂਕ ਯੂ ਸੋ ਮਚ। ਇਵੇਂ ਸੀ ਜੀ, ਉਹਨਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਵੇਂ ਸੀ ਕਿ ਅੱਜ ਫੇਰ ਦਿਲ ਗਰੀਬ ਇੱਕ ਪਾਉਂਦਾ ਹੈ ਵਾਸਤਾ, ਅੱਜ ਫੇਰ ਦਿਲ ਗਰੀਬ ਇੱਕ ਪਾਉਂਦਾ ਹੈ ਵਾਸਤਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ, ਇੱਕ ਹੋਰ ਹਾਦਸਾ, ਇੱਕ ਹੋਰ ਹਾਦਸਾ।
ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤੇ ਆ, ਕੋਈ ਜਾਮ ਪੀਤੇ ਆ। ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤੇ ਆ, ਕੋਈ ਜਾਮ ਪੀਤੇ ਆ। ਪੀੜਾਂ ਚ ਹੰਝੂ ਘੋਲ ਕੇ ਦੇ ਜਾ ਦੋ ਆਤਿਸ਼ਾ, ਦੇ ਵਾਹ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਿਸਾ, ਵਾਹ ਇੱਕ ਹੋਰ ਹਾਦਿਸਾ। ਬਹੁਤ ਵਾਹ। ਖੂਬ, ਬਹੁਤ ਖੂਬ। ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ, ਚੁੱਪ ਚਾਪ ਵੇਖਦੀ। ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ, ਚੁੱਪ ਚਾਪ ਵੇਖਦੀ। ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫਲਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਿਸਾ, ਇੱਕ ਹੋਰ ਹਾਦਿਸਾ। ਤੁਰਨਾ ਮੈਂ ਚਾਹੁੰਦਾ ਪੈਰ ਵਿੱਚ ਕੰਡੇ ਦੀ ਲੈ ਕੇ ਪੀੜ, ਕੰਡੇ ਦੀ ਲੈ ਕੇ ਪੀੜ। ਤੁਰਨਾ ਮੈਂ ਚਾਹੁੰਦਾ ਪੈਰ ਵਿੱਚ ਕੰਡੇ ਦੀ ਲੈ ਕੇ ਪੀੜ, ਵਾਹ ਕੰਡੇ ਦੀ ਲੈ ਕੇ ਪੀੜ। ਕੁੱਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਿਸਾ, ਇੱਕ ਹੋਰ ਹਾਦਿਸਾ। ਆਬੋੜ ਸ਼ਿਵ ਨੂੰ ਪੀੜ ਵੀ ਹੈ ਕੰਡ ਦੇ ਚਲੀ, ਕੰਡ ਦੇ ਚਲੀ। ਰੱਖੀ ਸੀ ਜਿਹੜੀ ਉਸ ਨੇ ਮੁੱਦਤ ਤੋਂ ਦਾਸ਼ਤਾ, ਮੁੱਦਤ ਤੋਂ ਦਾਸ਼ਤਾ। ਵਾਹ 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 ਅੱਜ ਫੇਰ ਦਿਲ ਗਰੀਬ ਇੱਕ ਪਾਉਂਦਾ ਹੈ ਵਾਸਤਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਿਸਾ, ਇੱਕ ਹੋਰ ਹਾਦਿਸਾ, ਇੱਕ ਹੋਰ ਹਾਦਿਸਾ, ਇੱਕ ਹੋਰ ਹਾਦਿਸਾ। ਵਾਹ, ਬਹੁਤ ਅੱਛੇ, ਬਹੁਤ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਬਹੁਤ ਅੱਛੇ ਰਾਜ ਲਾਲੀ, ਬਹੁਤ ਵਾਹ ਬਹੁਤ ਵਾਹ ਵਾਹ, ਥੈਂਕ ਯੂ ਸੋ ਖੂਬਸੂਰਤ, ਮਚ, ਕਿਆ ਬਾਤ, ਥੈਂਕ ਯੂ ਸੋ ਮਚ ਉਮਰਾ ਸਾਰਿਆਂ ਨੇ, ਬਹੁਤ ਬਹੁਤ ਦਸ ਸ਼ੁਕਰੀਆ। ਪਰੀ ਆਵਾਜ਼ ਵਿੱਚ ਬਹੁਤ ਖੂਬਸੂਰਤ ਤੁਸੀਂ ਗਾਇਆ, ਬਹੁਤ ਖੂਬਸੂਰਤ ਤੁਸੀਂ ਗਾਇਆ, ਬਹੁਤ ਸ਼ੁਕਰੀਆ। ਸ਼ੁਕਰਾਨੇ ਪੰਜੀ, ਸੋ ਸਾਡੇ ਨਾਲ ਬਹੁਤ ਸਾਡੇ ਹੋਰ ਵੀ ਬਹੁਤ ਅਜ਼ੀਜ਼ ਦੋਸਤ ਜੁੜੇ ਨੇ, ਸਰਦਾਰ ਅਜੈਬ ਸਿੰਘ ਜੀ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਸੁਣ ਰਹੇ ਨੇ, ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਆਪਣੇ ਪ੍ਰੋਗਰਾਮ ਦਾ ਅਗਲਾ ਪੜਾਅ ਸ਼ੁਰੂ ਕਰਦੇ ਹਾਂ, ਸ਼ਿਵ ਦੀ ਸ਼ਾਇਰੀ ਤੇ ਚਿੰਤਨ। ਸਭ ਤੋਂ ਪਹਿਲੇ ਮੈਂ ਡਾਕਟਰ ਰਜ਼ਾਕ ਸ਼ਾਹਿਦ, ਜੋ ਕਿ ਡਾਇਰੈਕਟਰ ਨੇ ਦਿਆਲ ਸਿੰਘ ਸੈਂਟਰ ਤੇ ਵਰਡ ਪੰਜਾਬੀ ਸੈਂਟਰ ਲਾਹੌਰ, ਔਰ ਇੱਕ ਬਹੁਤ ਲੰਮੇ ਸਮੇਂ ਤੋਂ ਲਗਾਤਾਰਤਾ ਦੇ ਵਿੱਚ ਬਹੁਤ ਵਡਮੁੱਲੇ ਕਾਰਜ ਕਰ ਰਹੇ ਹਨ ਮਾਂ ਬੋਲੀ ਤੇ ਪ੍ਰਚਾਰ ਤੇ ਪ੍ਰਸਾਰ ਲਈ। ਲਾਹੌਰ ਵਿੱਚ ਹੀ ਨਹੀਂ, ਪੂਰੇ ਵਿਸ਼ਵ ਦੇ ਸਾਹਿਤਕਾਰਾਂ ਨੂੰ ਆਪਣੇ ਨਾਲ ਜੋੜ ਕੇ ਬਹੁਤ ਕਾਨਫਰੰਸਿਸ ਕਰਵਾ ਰਹੇ, ਸੈਮੀਨਾਰਸ ਕਰਵਾ ਰਹੇ, ਅਣਥਕ ਉਪਰਾਲੇ ਕਰਾ ਰਹੇ ਨੇ, ਬਹੁਤ ਸਾਰੇ ਮਾਨਾਂ ਸਮਾਨਾਂ ਨਾਲ ਲਬਰੇਜ਼ ਨੇ ਡਾਕਟਰ ਰਜ਼ਾਕ ਸ਼ਾਹਿਦ ਜੀ। ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸਾਡੇ ਪ੍ਰੋਗਰਾਮ ਚ, ਔਰ ਮੈਂ ਗੁਜਾਰਿਸ਼ ਕਰਦਾ ਹਾਂ ਕਿ ਆਪਣੇ ਵਡਮੁੱਲੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਓ ਜੀ ਡਾਕਟਰ ਸਾਹਿਬ। ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਧੰਨਵਾਦ ਸਾਰਿਆਂ ਦਾ। ਤੇ ਖਾਸ ਤੌਰ ਤੇ
ਸਾਹਿਤ ਅਕਾਦਮੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ। ਜਿੱਥੋਂ ਤੱਕ ਕਿ ਸ਼ਿਵ ਜੀ ਦਾ ਤਾਲੁਕ ਹੈ, ਤੁਸੀਂ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਜਾਣਦੇ ਜੇ। ਸ਼ਿਵ ਜੀ ਨੂੰ ਜਿਤਨਾ ਮੈਂ ਪੜ੍ਹਿਆ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨਾ ਜੀ ਉਹ ਮੈਂ ਬਿਲਕੁਲ ਸ਼ੇਅਰ ਕਰਾਂਗਾ। ਜਿਸ ਤਰ੍ਹਾਂ ਹੁਣੇ ਹੀ ਲਾਲੀ ਜੀ ਨੇ ਉਹਨਾਂ ਦੇ ਕੁਝ ਸ਼ੇਅਰ ਗਾ ਕੇ ਸੁਣਾਏ ਨੇ, ਉਹਦੇ 'ਚ ਵੀ ਤੁਸੀਂ ਦੇਖੋ ਕਿ ਉਹਨਾਂ ਦਾ ਇੱਕ ਜੁਮਲਾ ਸੀ ਕਿ ਪੀੜ ਜਿਸ ਨੂੰ ਉਹਨਾਂ ਨੇ ਦਾਤਸ਼ਾਹ ਦੇ ਤੌਰ ਤੇ ਰੱਖਿਆ ਸੀ। ਹੁਣ ਇਹ ਜਿਹੜੀ ਇੱਕ ਤਰਕੀਬ ਚਾਹੀ ਹੈ ਉਹਦੇ ਨਾਲ ਹੀ ਉਹਨਾਂ ਦੀ ਪੂਰੀ ਪੋਇਟਰੀ ਦਾ ਇੱਕ ਜਿਹੜਾ ਹੁਸਨ ਹੈ ਉਹ ਸਾਡੇ ਸਾਹਮਣੇ ਆਉਂਦਾ ਕਿ ਇਸ ਪੀੜ ਦੇ ਗਿਰਦ ਹੀ ਉਹਨਾਂ ਦੀ ਪੋਇਟਰੀ ਘੁੰਮਦੀ ਜੇ। ਅਗਰ ਉਹਨਾਂ ਨੂੰ ਡਿਟੇਲ ਨਾਲ ਪੜ੍ਹੋ ਨਾ ਜੀ, ਤੇ ਇਹ ਔਰ ਖਾਸ ਤੌਰ ਤੇ ਇਹ ਜਿਹੜੀ ਪੀੜ ਹੈ ਉਹਨਾਂ ਦੀ, ਇਹ ਹਿਜਰ ਔਰ ਵਿਛੋੜੇ ਦੀ ਪੀੜ ਜੀ, ਖਾਸ ਤੌਰ ਤੇ ਜਿਸ ਤਰ੍ਹਾਂ ਇਹਦੇ ਵਿੱਚ ਇਸ਼ਾਰਾ ਵੀ ਮੌਜੂਦ ਹੈ ਕਿ ਦੋਸਤ ਦੇ ਜੁਦਾ ਹੋਣ ਤੇ ਉਹਨਾਂ ਨੇ ਜਿਹੜੀ ਕਿਰਤਾਂ ਲਿਖੀ ਉਹ ਜ਼ਾਹਰ ਹੈ ਕਿ ਵਿਛੋੜੇ ਦਾ ਗੀਤ ਹੈ। ਔਰ ਮੈਂ ਸਮਝਣਾ ਕਿ ਸ਼ਿਵ ਜੀ ਇੱਕ ਜੈਨੂਇਨ ਸ਼ਾਇਰ ਸਨ। ਸਾਡੇ ਆਸ-ਪਾਸ ਬਹੁਤ ਸਾਨੂੰ ਸ਼ਾਇਰ ਨਜ਼ਰ ਆਉਣਗੇ, ਬਹੁਤ ਸ਼ਾਇਰ ਨੇ, ਬਲਕਿ ਅਗਰ ਮੈਂ ਕਹਾਂ ਕਿ ਹਰ ਦੂਜਾ ਬੰਦਾ ਸ਼ਾਇਰੀ ਕਰ ਲੈਂਦਾ ਤੇ ਮੁਬਾਲਗਾ ਨਹੀਂ ਹੈ, ਲੇਕਿਨ ਜੈਨੂਇਨ ਸ਼ਾਇਰ ਜਿਹੜੇ ਨਾ ਜੀ ਉਹ ਇਵੇਂ ਤੁਸੀਂ ਉਂਗਲਾਂ ਨਹੀਂ ਤੇ ਪੋਰਾਂ ਤੇ ਗਿਣ ਸਕਦੇ ਤੇ ਤੇ ਸ਼ਿਵ ਜੀ ਉਹਨਾਂ ਵਿੱਚੋਂ ਇੱਕ ਸ਼ਾਇਰ ਸਨ ਜਿਹੜੇ ਜੈਨੂਇਨ ਸ਼ਾਇਰ ਸਨ। ਮੇਰੇ ਉਸਤਾਦ ਮੁਕਰਮ ਬਸ਼ੀਰ ਅਹਿਮਦ ਬਸ਼ੀਰ ਬਹੁਤ ਸੀਨੀਅਰ ਸ਼ਾਇਰ ਹੋਏ ਨੇ, ਉਹਨਾਂ ਦਾ ਕਹਿਣਾ ਸੀ ਕਿ ਬੰਦਾ ਜਾਂ ਸ਼ਾਇਰ ਹੁੰਦਾ ਤੇ ਜਾਂ ਫਿਰ ਸ਼ਾਇਰ ਨਹੀਂ ਹੁੰਦਾ, ਨਹੀਂ ਹੁੰਦਾ। ਜੀ ਬਹੁਤ ਅੱਛੀ, ਹਾਂਜੀ ਦਰਮਿਆਨ ਦੀ ਕੋਈ ਚੀਜ਼ ਨਹੀਂ ਹੈ, ਠੀਕ ਬਿਲਕੁਲ ਹੈ ਨਾ ਜੀ। ਔਰ ਸ਼ਿਵ ਜੀ ਸ਼ਾਇਰ ਸਨ ਕਿਉਂਕਿ ਕੋਈ ਬੰਦਾ ਕੋਸ਼ਿਸ਼ ਨਾਲ ਸ਼ਾਇਰ ਨਹੀਂ ਬਣ ਸਕਦਾ। ਤੁਸੀਂ ਅਗਰ ਚਾਹੋ ਕਿ ਜੀ ਮੈਂ ਕਿਤਾਬ ਲਿਖਣੀ ਹੈ ਤੇ ਤੁਸੀਂ ਮਿਹਨਤ ਕਰਕੇ ਯਤਨ ਕਰਕੇ ਕਿਤਾਬ ਨਹੀਂ ਲਿਖ ਸਕਦੇ, ਇਹ ਤੁਹਾਡੇ ਅੰਦਰੋਂ ਫੁੱਟਦੀ ਤੇ। ਤੇ ਮੈਂ ਸਮਝਣਾ ਕਿ ਸ਼ਿਵ ਜੀ ਦਾ ਜਿਹੜਾ ਇੱਕ ਪੀਰੀਅਡ ਹੈ ਉਹ ਅਸੀਂ ਅਗਰ ਥੋੜੇ ਵਸੀ ਤਨਾਜ਼ਰ ਵਿੱਚ ਦੇਖੀਏ ਨਾ ਜੀ, ਤੇ ਯੂਰਪ ਵਿੱਚ ਵੀ ਉਸ ਜ਼ਮਾਨੇ ਵਿੱਚ ਬਲੈਂਕ ਵਰਸ ਜਿਹੜੀ ਸੀ ਉਹ ਇੰਟਰੋਡਿਊਸ ਹੋ ਚੁੱਕੀ ਸੀ ਔਰ ਬਹੁਤ ਸ਼ਾਇਰ ਆਪਣਾ ਨਾਮ ਕਮਾ ਰਹੇ ਸਨ। ਔਰ ਦੂਸਰਾ ਨੇਚਰਲ ਜਿਹੜੀ ਇੱਕ ਹੈ ਨੇਚਰ, ਉਹ ਉਹਨਾਂ ਸ਼ਾਇਰਾਂ ਦੇ ਕੋਲ ਬੜੀ ਉੱਗੜ ਕੇ ਸਾਹਮਣੇ ਆਉਂਦੀ ਸੀ। ਔਰ ਉਸੇ ਹੀ ਸਮੇਂ 'ਚ ਤੁਸੀਂ ਦੇਖੋਗੇ ਕਿ ਸਾਡੇ ਇੱਧਰ ਪਾਕੋ ਹਿੰਦ ਵਿੱਚ ਬਰੇਸਗੀਰ ਵਿੱਚ ਉਰਦੂ ਵਿੱਚ ਬਹੁਤ ਸਾਰੇ ਲੋਕਾਂ ਨੇ ਜਦੋਂ ਨਜ਼ਮ ਲਿਖਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਵੀ ਨੇਚਰ ਨੂੰ ਇਜ਼ਹਾਰ ਦਾ ਜ਼ਰੀਆ ਬਣਾਇਆ ਕਿਉਂਕਿ ਨੇਚਰ ਤੋਂ ਕੱਟ ਕੇ ਬੰਦਾ ਕੁਛ ਵੀ ਨਹੀਂ ਰਹਿੰਦਾ। ਤੇ ਅਸੀਂ ਜਦੋਂ ਸ਼ਿਵ ਜੀ ਨੂੰ ਦੇਖਦੇ ਹਾਂ ਤੇ ਉਹਨਾਂ ਦੇ ਹਾਂ ਵੀ ਨੇਚਰ ਬਹੁਤ ਡੋਮੀਨੇਟ ਕਰਦੀ ਹੈ।
ਉਹ ਆਪਣੇ ਆਲ ਦੁਆਲ ਨਾਲ ਜੁੜੇ ਹੋਏ ਨੇ। ਔਰ ਫਿਰ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀਆਂ ਕਿਤਾਬਾਂ ਦੇ ਨਾਂ ਨੇ, ਜਿਵੇਂ ਸ਼ਰੀਂ ਦੇ ਫੁੱਲ, ਇਹ ਉਹ ਬੂਟਾ ਹੈ ਜਿਹੜਾ ਸਾਡੀ ਧਰਤੀ ਦਾ ਹੈ ਔਰ ਅਸੀਂ ਦੇਖਦੇ ਵੀ ਹਾਂ। ਤੇ ਇਸ ਤਰ੍ਹਾਂ ਉਹਨਾਂ ਨੇ ਨੇਚਰ ਦੇ ਨਾਲ ਆਪਣੀ ਜੁੜਤ ਜਿਹੜੀ ਆ ਉਸ ਨੂੰ ਕਾਇਮ ਰੱਖਿਆ ਔਰ ਆਪਣੀ ਸ਼ਾਇਰੀ ਵਿੱਚ ਵੀ ਉਸ ਦਾ ਇਜ਼ਹਾਰ ਕੀਤਾ। ਫਿਰ ਇਹ ਹੈ ਕਿ ਉਸੇ ਦੌਰ ਵਿੱਚ ਸਾਡੇ ਕੋਲ ਦੋ ਨਾਂ ਪੰਜਾਬੀ ਸ਼ਾਇਰੀ ਵਿੱਚ ਬਹੁਤ ਬੜੇ ਨਜ਼ਰ ਆਉਣਗੇ, ਇੱਕ ਮੋਹਨ ਸਿੰਘ ਮਾਹਿਰ ਜੀ ਔਰ ਦੂਸਰਾ ਅਹਿਮਦ ਰਾਹੀ ਸਾਹਿਬ। ਇਹਨਾਂ ਦੇ ਕੋਲ ਵੀ ਜਿਹੜੀ ਨਜ਼ਮ ਹੈ ਉਹ ਵੀ ਤੁਸੀਂ ਦੇਖੋਗੇ ਕਿ ਨੇਚਰ ਨਾਲ ਜੁੜੀ ਹੋਈ ਔਰ ਜੈਨੂਇਨ ਪੋਇਟਰੀ ਤੁਹਾਨੂੰ ਨਜ਼ਰ ਆਏਗੀ। ਔਰ ਇਹਦੇ ਵਿੱਚ ਇਹ ਹੈ ਕਿ ਇਹ ਉਹ ਅਰਸਾ ਹੈ, ਉਹ ਦੌਰ ਹੈ, ਉਹ ਪੀਰੀਅਡ ਹੈ ਜਿਹਦੇ ਵਿੱਚ ਪੋਇਟਰੀ ਨੂੰ ਲਾਈਫ ਨਾਲ ਜੋੜ ਕੇ, ਹਯਾਤੀ ਨਾਲ ਜੋੜ ਕੇ ਗੱਲ ਕਰਨ ਦਾ ਰਿਵਾਜ਼ ਪਿਆ। ਤੇ ਸ਼ਿਵਜੀ ਕੋਲ ਇਹ ਸਾਨੂੰ ਬਹੁਤ ਹੀ ਇਸ ਦਾ ਡੂੰਘਾ ਅਹਿਸਾਸ ਮਿਲਦਾ ਹੈ। ਫਿਰ ਤੁਸੀਂ ਦੇਖੋ ਕਿ ਜਿਹੜਾ ਅਫਲਾਤੂਨ ਨੇ ਕਿਹਾ ਸੀ ਨਾ ਜੀ ਕਿ ਪੋਇਟਰੀ ਜਿਹੜੀ ਆ ਇਹ ਇਲਹਾਮ ਹੈ, ਔਰ ਉਹਨੇ ਸ਼ਾਇਦ ਇਸੇ ਵਾਸਤੇ ਹੀ ਪੋਇਟਰੀ ਤੋਂ ਥੋੜ੍ਹਾ ਆਪਣੀ ਰਿਆਸਤ ਨੂੰ ਦੂਰ ਰੱਖਣਾ ਚਾਹਿਆ ਸੀ, ਸ਼ਾਇਰਾਂ ਤੋਂ ਦੂਰ ਰੱਖਣਾ ਚਾਹਿਆ ਸੀ ਕਿ ਜੀ ਇਹ ਇਲਹਾਮੀ ਗੱਲਾਂ ਕਰਦੇ ਨੇ। ਤੇ ਇਹ ਇਲਹਾਮ ਜਿਹੜਾ ਹੈ ਉਹ ਸੱਚਾਈ ਹੈ ਜਿਹੜੀ ਬੰਦਾ ਖਰੀਦ ਨਹੀਂ ਸਕਦਾ, ਇਹ ਰੱਬੀ ਦੇਣ ਹੈ। ਔਰ ਅਗਰ ਤਵੱਜੋ ਨਾਲ ਸ਼ਿਵਜੀ ਨੂੰ ਪੜ੍ਹਿਆ ਜਾਏ ਤੇ ਉਹਨਾਂ ਦੇ ਹਾਂ ਐਸੀਆਂ ਬੇਸ਼ੁਮਾਰ ਸਤਰਾਂ ਨਜ਼ਰ ਆਉਣਗੀਆਂ ਜਿਹੜੀਆਂ ਬੰਦਾ ਸੋਚ ਨਹੀਂ ਸਕਦਾ, ਇਹ ਉਤਰਦੀਆਂ ਨੇ, ਇਹ ਵਾਕਿਆ ਹੀ ਇਲਹਾਮ ਹੈ। ਗੱਲ ਮੈਂ ਮੁਖਤਸਰ ਕਰਨਾ ਕਿ ਉਹਨਾਂ ਦੀ ਇੱਕ ਲਾਈਨ ਹੈ ਕਿ ਅਸੀਂ ਜੋਬਨ ਰੁੱਤੇ ਮਰਨਾ, ਹਾਂਜੀ ਅਸੀਂ ਜੋਬਨ ਰੁੱਤੇ ਮਰਨਾ। ਹੁਣ ਤੁਸੀਂ ਦੇਖੋ ਕਿ ਉਹਨਾਂ ਦੀ ਟੋਟਲ ਲਾਈਫ ਵੀ ਜਿਹੜੀ ਆ ਉਹ ਕਿਤਨੀ ਸ਼ਾਰਟ ਹੈ, ਜਿਸ ਨੂੰ ਅਸੀਂ ਸਾਡੇ ਵੱਲ ਭਰਪੂਰ ਜਵਾਨੀ ਕਹਿੰਦੇ ਹਾਂ ਉਨੀ ਸਾਰੀ ਉਹਨਾਂ ਦੀ ਉਮਰ ਸੀ ਤੇ ਜਦੋਂ ਉਹਨਾਂ ਦਾ ਰੁਖਸੀ ਦਾ ਵਕਤ ਆ ਗਿਆ, ਰੁਖਸਤ ਹੋ ਗਿਆ। ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਮੋਹਨ ਸਿੰਘ ਮਾਹਿਰ ਜੀ ਨੇ ਉਹਨਾਂ ਦੇ ਹਾਂ ਵੀ ਜੈਨੂਇਨ ਪੋਇਟਰੀ ਤੁਹਾਨੂੰ ਮਿਲੇਗੀ, ਔਰ ਉਹ ਵੀ ਬੜੀ ਸ਼ਾਰਟ ਸ਼ਾਰਟ ਏਜ ਵਿੱਚ, ਬੜੀ ਮੁਖਤਸਰ ਏਜ ਵਿੱਚ, ਛੋਟੀ ਉਮਰ ਵਿੱਚ ਹੀ ਉਹ ਵੀ ਚਲਾਣਾ ਕਰ ਗਏ ਸਨ। ਲੇਕਿਨ ਉਹਨਾਂ ਦੀਆਂ ਵੀ ਸਤਰਾਂ ਜਿਹੜੀਆਂ ਨੇ ਉਹ ਇਲਹਾਮੀ ਸਤਰਾਂ ਲੱਗਦੀਆਂ। ਤੇ ਇਹ ਜਿਹੜੀ ਚੀਜ਼ ਹੈ ਇਹ ਬੰਦਾ ਬਣਾ ਨਹੀਂ ਸਕਦਾ, ਇਹ ਇਲਹਾਮ ਹੁੰਦੀ ਹੈ, ਔਰ ਸ਼ਿਵਜੀ ਤੇ ਇਹ ਇਲਹਾਮ ਹੁੰਦੀ ਸੀ, ਸ਼ਾਇਰੀ ਇਲਹਾਮ ਹੁੰਦੀ ਸੀ। ਔਰ ਉਹਨੂੰ ਫਿਰ ਉਹ ਆਪਣੀ ਜ਼ਾਤ ਨਾਲ, ਧਰਤੀ ਨਾਲ ਜਦੋਂ ਜੋੜ ਕੇ ਔਰ ਖਾਸ ਤੌਰ ਤੇ ਨੇਚਰ ਨਾਲ ਜੋੜ ਕੇ ਜਦੋਂ ਉਹਦਾ ਇਜ਼ਹਾਰ ਕਰਦੇ ਸੀ ਤੇ ਫਿਰ ਐਸੀਆਂ ਐਸੀਆਂ ਸਤਰਾਂ ਸਾਹਮਣੇ ਆਉਂਦੀਆਂ ਸਨ ਕਿ ਜਿਹੜੀਆਂ ਅਜੇ ਵੀ ਲੋਕਾਂ ਨੂੰ ਯਾਦ ਹੋਣ, ਜ਼ਬਾਨੀ ਯਾਦ ਹੋ ਗਈਆਂ ਨੇ। ਔਰ ਫਿਰ ਸ਼ਿਵਜੀ ਦੇ ਕੋਲ ਇੱਕ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਤੁਹਾਨੂੰ ਡੋਮੀਨੇਟ ਮਿਲੇਗੀ, ਉਹ ਸਾਡੇ ਵੱਲ ਚੂੰਕਿ ਅਸੀਂ ਪਰਸ਼ੀਅਨ ਨੂੰ ਜ਼ਿਆਦਾ ਉਹ ਕਰਨੇ ਹਾਂ ਤੇ ਉਹਦੇ ਲਈ ਲਫ਼ਜ਼ ਇਸਤੇਮਾਲ ਕਰਨੇ ਹਾਂ ਤਰਕੀਬ, ਕਿ ਦੋ ਸ਼ਬਦਾਂ ਨੂੰ ਜੋੜ ਕੇ ਜਦੋਂ
ਲਿਖਿਆ ਜਾਂਦਾ। ਸ਼ਾਇਰੀ ਵਿੱਚ ਇਹ ਕਾਮਨ ਚੀਜ਼ ਹੁੰਦੀ ਹੈ। ਜਿਵੇਂ ਤੁਸੀਂ ਦੇਖੋ ਨਾ ਜੀ, ਜਦੋਂ ਉਹ ਕਹਿੰਦੇ ਨੇ ਕਿ ਲੇਖਾਂ ਦੇ ਪੁੱਠੜੇ ਤਵੇ ਮੇਰੇ ਨੈਣਾ ਵਿੱਚ ਬਿਰਹੂ ਦੀ ਰੜਕ ਪਵੇ, ਬਿਰਹੂ ਦੀ ਰੜਕ ਲੇਖਾਂ ਦੇ ਪੁੱਠੜੇ ਤਵੇ, ਇਹ ਉਹ ਇਲਹਾਮੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ, ਇਹ ਰੱਬੀ ਦੇਣ ਕਹਿਲਾਉਣ। ਤੇ ਸ਼ਿਵਨੀ ਨੂੰ ਪੜ੍ਹਦਿਆਂ ਹੋਇਆਂ ਬੰਦਾ ਇੰਨਾ ਕੁ ਗੁੰਮ ਹੋ ਜਾਂਦਾ ਉਹਨਾਂ ਦੀ ਪੋਇਟਰੀ ਵਿੱਚ, ਇੰਨਾ ਕੁ ਗੁੰਮ ਹੋ ਜਾਂਦਾ ਕਿ ਉਹਨੂੰ ਆਪਣੇ ਆਲ ਦੁਆਲ ਦਾ ਵੀ ਪਤਾ ਨਹੀਂ ਰਹਿੰਦਾ। ਔਰ ਇਹੀ ਕਿਸੇ ਵੱਡੇ ਸ਼ਾਇਰ ਦੀ ਨਿਸ਼ਾਨੀ ਹੁੰਦੀ ਆ। ਔਰ ਤੁਸੀਂ ਸਭ ਜਾਣਦੇ ਜੇ ਕਿ ਇਸੇ ਵਾਸਤੇ ਉਹਨਾਂ ਨੂੰ ਕੋਈ ਕੀਟਸ ਕਹਿ ਕੇ ਔਰ ਕਈ ਸ਼ੈਲੇ ਕਹਿ ਕੇ, ਇਹ ਮੇਰਾ ਖਿਆਲ ਹੈ ਕਿ ਸ਼ੈਲੇ ਜਾਂ ਕੀਟਸ ਉਹ ਠੀਕ ਹੈ, ਉਹਨਾਂ ਵਾਸਤੇ ਬਹੁਤ ਬੜੇ ਸ਼ਾਇਰ ਹੋਣਗੇ, ਲੇਕਿਨ ਮੈਂ ਸਮਝਦਾ ਕਿ ਸ਼ਿਵਜੀ ਦੀ ਸ਼ਾਇਰੀ ਦੇ ਅੱਗੇ ਉਹ ਬਲੂੰਗੜੇ ਲੱਗਦੇ ਨੇ, ਉਹ ਨਿੱਕੇ ਲੱਗਦੇ ਨੇ। ਸ਼ਿਵ ਉਹਨਾਂ ਕੋਲੋਂ ਬਹੁਤ ਬੜਾ ਸ਼ਾਇਰ ਜੇ, ਬਹੁਤ ਬੜਾ ਸ਼ਾਇਰ ਹੈ। ਅਤੇ ਇਹ ਕਹਿਣਾ ਕਿ ਜੀ ਸ਼ਿਵਜੀ ਸ਼ੈਲੇ ਨੇ ਜਾਂ ਕੀਟਸ ਨੇ, ਇਹ ਕੋਈ ਉਹਨਾਂ ਦੀ ਸ਼ਾਨ ਵਧਾਉਣ ਵਾਲੀ ਗੱਲ ਨਹੀਂ ਹੈ, ਲੇਕਿਨ ਆਮ ਬੰਦਿਆਂ ਨੂੰ ਸਮਝਾਉਣ ਵਾਸਤੇ ਅਸੀਂ ਕਹਿ ਸਕਦੇ ਹਾਂ ਠੀਕ ਹੈ। ਲੇਕਿਨ ਇੱਕ ਚੀਜ਼ ਜਿਹੜੀ ਖਾਸ ਤੌਰ 'ਤੇ ਨੋਟ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਤੁਸੀਂ ਮਹਿਜ਼ ਕੋਈ ਇੱਕ ਅੱਧਾ ਸ਼ੇਰ ਦੇਖਦੇ ਜੇ, ਸੁਣਦੇ ਜੇ ਜਾਂ ਕਿਤੋਂ ਪੜ੍ਹਦੇ ਜੇ, ਤਾਂ ਸ਼ਿਵ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਏਗਾ। ਜਦੋਂ ਤੱਕ ਤੁਸੀਂ ਉਹਨਾਂ ਦੀ ਕੋਈ ਪੂਰੀ ਨਜ਼ਮ, ਉਹਨਾਂ ਦੀਆਂ ਦੋ ਚਾਰ ਗਜ਼ਲਾਂ ਔਰ ਉਹਨਾਂ ਨੂੰ ਤਨਹਾਈ ਵਿੱਚ ਬੈਠ ਕੇ, ਅਕੇਲੇ ਵਿੱਚ ਬੈਠ ਕੇ ਤੁਸੀਂ ਉਹਨਾਂ ਨੂੰ ਪੜ੍ਹੋਗੇ, ਸਮਝੋਗੇ, ਤੇ ਫਿਰ ਤੁਹਾਨੂੰ ਸ਼ਿਵ ਦੇ ਕਦਬੁੱਧ ਦਾ ਅੰਦਾਜ਼ਾ ਹੋਏਗਾ। ਤੇ ਮੈਂ ਸਮਝਣਾ ਕਿ ਬਹੁਤ ਸਾਰੇ ਸਾਥੀ ਇਸ ਤੇ ਗੱਲ ਕਰਨਗੇ, ਤੇ ਮੇਰਾ ਖਿਆਲ ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਧੜਾ ਲੈਂਦਾ, ਪਰ ਕਿ ਮੈਂ ਜੀ ਸ਼ਿਵ ਨੂੰ ਸਲਾਮ ਪੇਸ਼ ਕਰਨਾ। ਔਰ ਖਾਸ ਤੌਰ 'ਤੇ ਇਹ ਉਹਨਾਂ ਦੀ ਚੂੰਕਿ 51 ਬਰਸੀ ਹੈ, ਪਿਛਲੇ ਸਾਲ ਅਸੀਂ ਚੱਠਾ ਸਾਹਿਬ ਨੂੰ ਪਤਾ ਹੈ, ਚੱਠਾ ਸਾਹਿਬ ਵੀ ਉਹਦੇ ਸ਼ਾਮਿਲ ਸੀ, ਅਸੀਂ ਦਰਸ਼ਨ ਹਰਵਿੰਦਰ ਜੀ ਦੀ ਵਰਲਡ ਪੰਜਾਬੀ ਫਾਊਂਡੇਸ਼ਨ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੀ ਬਰਸੀ ਮਨਾਈ ਸੀ, ਔਰ ਉਹ ਕੋਈ 4.25 ਘੰਟੇ ਦਾ ਪ੍ਰੋਗਰਾਮ ਚੱਲਿਆ ਸੀ। ਉਹਦੇ 'ਚ ਵੀ ਪੂਰੀ ਵਰਲਡ ਤੋਂ ਦੋਸਤ ਸ਼ਾਮਿਲ ਹੋਏ ਸਨ, ਅਤੇ ਅੱਜ ਵੀ ਮਾਸ਼ਾਅੱਲਾ ਦੁਨੀਆ ਦੇ ਕੋਨੇ ਕੋਨੇ ਤੋਂ ਲੋਕ ਸ਼ਾਮਿਲ ਨੇ। ਸ਼ਿਵ ਜੀ ਨੂੰ ਅਸੀਂ ਯਾਦ ਕਰ ਰਹੇ ਹਾਂ, ਅਤੇ ਮੇਰਾ ਖਿਆਲ ਹੈ ਕਿ ਇਹ ਉਪਰਾਲਾ ਬਹੁਤ ਹੀ ਸਲਾਹਣਯੋਗ ਹੈ, ਖਾਸ ਤੌਰ 'ਤੇ ਸਾਹਿਤ ਅਕਾਦਮੀ ਇਹਦੇ ਲਈ ਬਹੁਤ ਹੀ ਸ਼ੁਕਰੀਆ ਦੀ ਮੁਸਤਾਹਿਕ ਹੈ ਕਿ ਉਹਨਾਂ ਨੇ ਇੱਕ ਅੱਛਾ ਮੌਜੂ ਜਿਹੜਾ ਨਾ ਜੀ ਉਹ ਰੱਖ ਕੇ ਦੋਸਤਾਂ ਨੂੰ ਇਕੱਠਿਆਂ ਕੀਤਾ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸ਼ੁਕਰੀਆ ਜੀ 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 ਬਹੁਤ ਸ਼ੁਕਰੀਆ ਡਾਕਟਰ ਰਜ਼ਾਕ ਸ਼ਾਹਿਦ ਜੀ, ਬਹੁਤ ਖੂਬਸੂਰਤ ਗੱਲਾਂ ਤੁਸੀਂ ਕੀਤੀਆਂ ਕਿ ਮਨੁੱਖ ਜਾਂ ਸ਼ਾਇਰ ਹੁੰਦਾ ਜਾਂ ਨਹੀਂ ਹੁੰਦਾ, ਵਿਚਕਾਰ ਨਹੀਂ ਕੁਛ ਹੁੰਦਾ। ਔਰ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਸ਼ਿਵ ਦੇ ਬਾਰੇ ਦੱਸਿਆ ਕਿ ਪੰਜਾਬੀ ਦਾ ਸ਼ੈਲੇ ਜਾਂ ਕੀਟਸ ਕਹਿਣਾ ਮੁਨਾਸਿਬ ਨਹੀਂ, ਉਹ ਇਹਨਾਂ ਤੋਂ ਉੱਪਰ ਹੈ ਔਰ ਬਿਲਕੁਲ ਉੱਪਰ ਹੈ। ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ, ਬਹੁਤ ਸ਼ੁਕਰੀਆ ਆਪ ਜੀ ਦਾ। ਔਰ ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਹੈ ਕਿ ਸ਼ਿਵ ਲਿਖਦਾ ਕਿ ਜਦੋਂ ਮੈਨੂੰ ਕਵਿਤਾ ਨਾ ਸੁੱਝਦੀ ਤਾਂ ਮੈਂ ਸਾਹਮਣੇ ਪਏ ਖਾਲੀ ਪੰਨੇ ਵੱਲ ਵੇਖਦਾ ਤੇ ਮੈਨੂੰ ਡਰ ਲੱਗਣ ਲੱਗ ਜਾਂਦਾ।
ਇੰਝ ਲੱਗਦਾ ਕਿ ਉਹ ਵਰਕਾ ਆਖ ਰਿਹਾ ਹੋਏ ਕਿ ਸ਼ਿਵ ਹੁਣ ਤੇਰੇ ਵਿੱਚ ਕੁਝ ਨਹੀਂ ਰਿਹਾ। ਫਿਰ ਮੈਂ ਪੋਲੇ ਪੈਰੀ ਉੱਠਦਾ ਤੇ ਵਰਕੇ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਏਕਮਕਾਰ ਲਿਖ ਦਿੰਦਾ ਤੇ ਮੇਰਾ ਡਰ ਸੀ ਉਹ ਹਟ ਜਾਂਦਾ। ਬਹੁਤ ਖੂਬਸੂਰਤ ਗੱਲਾਂ ਨੇ ਸ਼ਿਵ ਦੇ ਬਾਰੇ ਚ, ਔਰ ਬਹੁਤ ਗਹਿਰਾਈ ਵਾਲੀਆਂ ਗੱਲਾਂ ਨੇ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਸ਼ਿਵ ਨੂੰ ਪੜ੍ਹੋ ਤੇ ਤੁਹਾਨੂੰ ਬਹੁਤ ਦੇਰ ਨਾਲ ਉਹਦੀਆਂ ਚੀਜ਼ਾਂ ਦੀ ਸਮਝ ਆਉਂਦੀ ਹੈ, ਉਹਦੀ ਸ਼ਾਇਰੀ ਦੇ ਵਿੱਚ ਤੁਹਾਨੂੰ ਡੁੱਬਣਾ ਪੈਂਦਾ ਹੈ। ਸੋ ਮੈਂ ਆਪਣੇ ਦੂਸਰੇ ਸਾਡੇ ਬੁਲਾਰੇ ਨੇ, ਸਾਡੇ ਜਾਣੇ ਮਾਣੇ ਲੇਖਕ, ਆਲੋਚਕ, ਕਹਾਣੀਕਾਰ, ਰੰਗਕਰਮੀ, ਨਾਟਕਕਾਰ, ਜਿੰਨਾ ਵੀ ਇਹਨਾਂ ਬਾਰੇ ਕਹਿ ਲਓ ਉਹ ਘੱਟ, ਔਰ ਸਾਡੀ ਸਿੱਖਿਆ ਤੇ ਸਾਹਿਤ ਦਾ ਸੁਮੇਲ, ਸਾਡੀ ਪੰਜਾਬ ਸਾਹਿਤ ਅਕਾਦਮੀ ਦੇ ਮਜ਼ਬੂਤ ਥੰਮ ਡਾਕਟਰ ਕੁਲਦੀਪ ਦੀਪ ਜੀ। ਜੀ ਜੀ ਡਾਕਟਰ ਦੀਪ ਜੀ, ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਓ ਜੀ। ਜੀ ਜੀ ਸ਼ੁਕਰੀਆ। ਬਹੁਤ ਸ਼ੁਕਰੀਆ ਕਰ ਲਓ ਮੈਮ, ਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਸੋਲ, ਪੰਜਾਬ ਸਾਹਿਤ ਅਕਾਦਮੀ ਦੇ ਸੱਦੇ ਤੇ ਇਕੱਠੇ ਹੋਏ ਸਾਡੇ ਚਿੰਤਕ ਦੋਸਤ ਤੇ ਸ਼ਿਵ ਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਸਾਰੇ ਸ਼ਿਵ ਪ੍ਰੇਮੀ, ਅੱਜ ਅਸੀਂ ਉਸ ਮਹਾਨ ਸ਼ਾਇਰ ਨੂੰ ਨਤਮਸਤਕ ਹਾਂ ਜਿਨ੍ਹਾਂ ਨੇ ਪੰਜਾਬੀ ਕਵਿਤਾ ਦੇ ਵਿੱਚ ਬਹੁਤ ਨਵੀਆਂ ਪਿਰਤਾਂ ਪਾਈਆਂ ਨੇ, ਤੇ ਬਹੁਤ ਕਮਾਲ ਦੀ ਜਿਹੜੀ ਸ਼ਾਇਰੀ ਹੈ ਉਹ ਪੰਜਾਬੀਆਂ ਨੂੰ ਤੇ ਪੂਰੀ ਦੁਨੀਆ ਨੂੰ ਦਿੱਤੀ ਹੈ। ਡਾਕਟਰ ਆਜ਼ਾਦ ਹੋਰਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ ਉਹਨਾਂ ਬਾਰੇ, ਸੱਚਮੁੱਚ ਸ਼ਿਵ ਦੀ ਕਵਿਤਾ ਨੂੰ ਨਵੇਂ ਸੰਦਰਭਾਂ ਦੇ ਵਿੱਚ ਬਹੁਤ ਨਿੱਠ ਕੇ ਸਮਝਣ ਦੀ ਜ਼ਰੂਰਤ ਹੈ। ਮੈਂ ਜਿਹੜੀਆਂ ਕੁਝ ਗੱਲਾਂ ਅੱਜ ਕਰੂੰਗਾ ਸ਼ਿਵ ਦੀਆਂ ਉਹਨਾਂ ਕਵਿਤਾਵਾਂ ਬਾਰੇ ਕਰੂੰਗਾ ਜਿਹੜੀਆਂ ਅਕਸਰ ਘੱਟ ਪੜ੍ਹੀਆਂ ਜਾਂਦੀਆਂ ਨੇ। ਜਿਹੜੀ ਸ਼ਿਵ ਦੀ ਆਫ ਬੀਟ ਸ਼ਾਇਰੀ ਹੈ, ਜਿਹੜੀ ਲਕੀਰ ਤੋਂ ਹਟ ਕੇ ਸ਼ਾਇਰੀ ਹੈ, ਉਸ ਸ਼ਾਇਰੀ ਬਾਰੇ ਮੈਂ ਕੁਝ ਆਪਣੀਆਂ ਧਾਰਨਾਵਾਂ ਉਹਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਕਰਨੀਆਂ ਚਾਹੂੰਗਾ। ਜਦੋਂ ਮੈਂ ਆਫ ਬੀਟ ਸ਼ਾਇਰੀ ਦੀ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਡਾਕਟਰ ਰਜ਼ਾਕ ਹੋਰਾਂ ਨੇ ਕਹੀ ਹੈ ਕਿ ਸ਼ਿਵ ਦੀ ਕਵਿਤਾ ਪੀੜ ਦੀ ਕਵਿਤਾ ਹੈ, ਬਿਰਹਾ ਦੀ ਕਵਿਤਾ ਹੈ, ਇਸ਼ਕ ਦੀ ਕਵਿਤਾ ਹੈ, ਬਿਨਾਂ ਸ਼ੱਕ ਇਹ ਉਹਦੀ ਕਵਿਤਾ ਦੀ ਮੁੱਖ ਧਾਰਾ ਹੈ, ਮੇਨ ਸਟ੍ਰੀਮ ਹੈ ਉਹਦੀ ਕਵਿਤਾ ਦੀ, ਇਹ ਕਿ ਉਹਦੀ ਸਾਰੀ ਕਵਿਤਾ ਉਹਦੀ ਪੀੜ ਦੇ ਆਲੇ ਦੁਆਲੇ ਘੁੰਮ ਰਹੀ ਹੈ। ਉਸ ਪੀੜ ਨੂੰ ਸ਼ਿਵ ਜਿਸ ਸ਼ਿੱਦਤ ਨਾਲ ਪੇਸ਼ ਕਰਦਾ ਹੈ ਉਹ ਸ਼ਿੱਦਤ ਬਹੁਤ ਘੱਟ ਸ਼ਹਿਰਾਂ ਦੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਜਦੋਂ ਬੰਦੇ ਦੇ ਮਨ ਦੀ ਅਵਸਥਾ ਐਕਸਟ੍ਰੀਮ ਤੇ ਹੁੰਦੀ ਹੈ, ਕਿਸੇ ਵੀ ਭਾਵ ਦਾ ਐਕਸਟ੍ਰੀਮ ਹੁੰਦਾ ਜਦੋਂ ਜਦੋਂ ਬੰਦਾ ਬਹੁਤ ਜ਼ਿਆਦਾ ਦਰਦ ਦੇ ਵਿੱਚ ਹੁੰਦਾ ਹੈ, ਜਾਂ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਹੁੰਦਾ ਹੈ, ਜਾਂ ਬਹੁਤ ਜ਼ਿਆਦਾ ਹੈਰਾਨੀ ਦੇ ਵਿੱਚ ਹੁੰਦਾ ਹੈ, ਜਾਂ ਬਹੁਤ ਜ਼ਿਆਦਾ ਜੋਸ਼ ਦੇ ਵਿੱਚ ਹੁੰਦਾ ਹੈ, ਆਮ ਤੌਰ ਤੇ ਉਸ ਵੇਲੇ ਸਾਡੇ ਕੋਲੋਂ ਸਾਡੀ ਜ਼ੁਬਾਨ ਹੈ ਜਾਂ ਸੋ ਸਾਥ ਨਹੀਂ ਦਿੰਦੀ ਹੈਗੀ, ਸਾਡੀ ਜ਼ੁਬਾਨ ਉਹਨਾਂ ਜਜ਼ਬਿਆਂ ਨੂੰ ਉਸ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕਦੀ ਹੈਗੀ, ਜਜ਼ਬੇ ਇੰਨੇ ਓਵਰਫਲੋ ਹੋ ਜਾਂਦੇ ਨੇ ਸਾਡੇ ਮਾਈਂਡ ਦੇ ਵਿੱਚ ਕਿ ਜਿਹੜੀ ਸਾਡੀ ਜ਼ੁਬਾਨ ਹੈ ਉਹ ਉਹਨਾਂ ਜਜ਼ਬਿਆਂ ਨੂੰ ਪ੍ਰਗਟਾਉਣ ਦੇ ਮੇਚ ਦੀ ਜਾਂ ਉਹਦੇ ਹਾਣ ਦੀ ਨਹੀਂ ਹੁੰਦੀ ਹੈਗੀ। ਤੇ ਜਿਹੜੇ ਬੰਦੇ ਐਕਸਟ੍ਰੀਮ ਨੂੰ ਲਿਖ ਸਕਦੇ ਨੇ, ਐਕਸਟ੍ਰੀਮ ਨੂੰ ਕਵਿਤਾ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਰੂਪ ਦੇ ਵਿੱਚ ਲਿਖ ਸਕਦੇ ਨੇ, ਉਹ ਦੁਨੀਆ ਦੇ ਮਹਾਨ ਬੰਦੇ ਹੁੰਦੇ ਨੇ। ਸ਼ਿਵ ਕੁਮਾਰ ਦੇ ਅੰਦਰ ਦਰਦ ਦੀ ਇੰਤਹਾ ਸੀ, ਉਹ ਇਸ਼ਕ ਦੇ ਉਸ ਮਰਹੱਲੇ ਤੇ ਸੀ ਜਿੱਥੇ ਜਾ ਕੇ ਇਸ਼ਕ ਅਕੀਦਤ ਬਣ ਜਾਂਦਾ ਹੈ, ਤਾਂ ਉੱਥੇ ਜਾ ਕੇ ਉਸ ਐਕਸਟ੍ਰੀਮ ਤੇ ਜਾ ਕੇ ਆਪਣੇ ਅੰਦਰਲੇ ਜਜ਼ਬਿਆਂ ਨੂੰ, ਅੰਦਰਲੇ ਭੁਚਾਲ ਨੂੰ, ਅੰਦਰਲੀ ਅੱਗ ਨੂੰ ਜ਼ੁਬਾਨ ਦੇਣਾ,
ਇਹ ਦੁਨੀਆ ਦੇ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ, ਤੇ ਜਦੋਂ ਕਿਸੇ ਦੇ ਸ਼ਿਵ ਵਰਗੇ ਦੇ ਹਿੱਸੇ ਆਉਂਦਾ ਹੈ ਤਾਂ ਉਦੋਂ ਫਿਰ ਕਮਾਲ ਹੋ ਜਾਂਦੀ ਹੈ। ਸੋ ਇਸ ਕਰਕੇ ਸ਼ਿਵ ਦੀ ਕਵਿਤਾ ਨੂੰ ਇਸ ਰੂਪ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਦੀ ਕਵਿਤਾ ਐਕਸਟ੍ਰੀਮ ਦੀ ਕਵਿਤਾ ਹੈ। ਅੰਦਰ ਜਦੋਂ ਪੂਰੀ ਖਲਬਲੀ ਹੁੰਦੀ ਹੈ ਬੰਦੇ ਦੇ, ਉਸ ਖਲਬਲੀ ਨੂੰ ਜਦੋਂ ਕੋਈ ਬੰਦਾ ਆਪਣੇ ਸ਼ਬਦਾਂ ਰਾਹੀਂ ਜ਼ੁਬਾਨ ਦੇ ਦਿੰਦਾ ਹੈ ਤਾਂ ਉਹ ਕਮਾਲ ਹੁੰਦੀ ਹੈ, ਤੇ ਸ਼ਿਵ ਉਹ ਕਮਾਲ ਪੰਜਾਬੀ ਕਵਿਤਾ ਦੇ ਵਿੱਚ ਕਰਦਾ ਹੈ। ਉਹਦੀ ਕਵਿਤਾ ਅਵਸਾਦ ਦੀ ਕੈਫੀਅਤ ਵਾਲੀ ਕਵਿਤਾ ਹੈ, ਉਹ ਕਿਸੇ ਹੋਰ ਨੂੰ ਐਡਰੈਸ ਨਹੀਂ ਹੋ ਰਿਹਾ ਆਪਣੀ ਸਾਰੀ ਕਵਿਤਾ ਦੇ ਵਿੱਚ, ਆਪਣੇ ਆਪ ਨੂੰ ਐਡਰੈਸ ਹੋ ਰਿਹਾ ਹੈ। ਇਹ ਇਸ ਕਿਸਮ ਦਾ ਜਿਹੜਾ ਸਿੰਡਰੋਮ ਹੁੰਦਾ ਹੈ ਉਹ ਦੁਨੀਆ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ, ਤੇ ਜਦੋਂ ਹੁੰਦਾ ਤਾਂ ਫਿਰ ਉਹ ਐਕਸਟ੍ਰੀਮ ਹੁੰਦੀ ਹੈ। ਸ਼ਿਵ ਦੇ ਅੰਦਰ ਅਵਾਰਗੀ ਦੀ ਵੀ ਐਕਸਟ੍ਰੀਮ ਹੈ, ਉਦਾਸੀ ਦੀ ਵੀ ਐਕਸਟ੍ਰੀਮ ਹੈ, ਅਵਸਾਦ ਦੀ ਵੀ ਐਕਸਟ੍ਰੀਮ ਹੈ, ਤੇ ਇਸ ਕਰਕੇ ਉਹ ਇਸ ਐਕਸਟ੍ਰੀਮ ਨੂੰ ਜ਼ੁਬਾਨ ਦਿੰਦਾ ਆਪਣੀ ਕਵਿਤਾ ਦੇ ਵਿੱਚ। ਤੇ ਇਸ ਕਰਕੇ ਜਿੰਨੇ ਵੀ ਉਹਦੀ ਕਵਿਤਾ ਦੇ ਵਿੱਚ ਮੈਟਾਫਰ ਆਉਂਦੇ ਨੇ, ਮੈਂ ਆਫਬੀਟ ਸ਼ਾਇਰੀ ਵੱਲ ਆਉਣਾ ਹੁਣੀ, ਪਹਿਲਾਂ ਮੈਂ ਜਿਹੜੀ ਉਹਦੀ ਜਿਹੜੀ ਮੁੱਖ ਧਾਰਾ ਦੀ ਕਵਿਤਾ ਹੈ ਮੈਂ ਉਹਦੇ ਬਾਰੇ ਗੱਲ ਕਰਦਾ ਕਿ ਸ਼ਿਵ ਆਪਣੇ ਦਰਦ ਨੂੰ, ਆਪਣੇ ਬਿਰਹਾ ਨੂੰ ਜਦੋਂ ਜ਼ੁਬਾਨ ਦਿੰਦਾ ਹੈ ਤਾਂ ਉਹ ਕਿਤੇ ਵੀ ਪ੍ਰਚਾਰ ਨਹੀਂ ਕਰਦਾ। ਉਹਦੇ ਕੋਲੇ ਕਮਾਲ ਦੇ ਮੈਟਾਫਰ ਨੇ ਜੋ ਕੁਦਰਤ ਦੇ ਵਿੱਚੋਂ ਪੈਦਾ ਹੋ ਰਹੇ ਨੇ, ਜੋ ਸਾਡੀ ਆਪਣੀ ਮਿੱਟੀ 'ਚੋਂ ਪੈਦਾ ਹੋ ਰਹੇ ਨੇ, ਤੇ ਸ਼ਿਵ ਨੂੰ ਉਹਨਾਂ ਮੈਟਾਫਰਾਂ ਦੇ ਨਾਲ ਖੇਡਣਾ ਆਉਂਦਾ ਹੈ, ਉਹਨਾਂ ਮੈਟਾਫਰਾਂ ਨੂੰ ਉਧੇੜਨਾ ਆਉਂਦਾ ਹੈ, ਉਹਨਾਂ ਮੈਟਾਫਰਾਂ ਦੀ ਪੈੜ ਕੱਢਣੀ ਆਉਂਦੀ ਹੈ ਸ਼ਿਵ ਨੂੰ, ਤੇ ਉਹਨਾਂ ਮੈਟਾਫਰਾਂ ਦੇ ਜਿਹੜੇ ਬੇਅੰਤ ਵਿਸਥਾਰ ਨੇ ਉਹਨਾਂ ਨੂੰ ਸਮਝਣਾ ਆਉਂਦਾ ਹੈ। ਉਹ ਆਪਣੇ ਮੈਟਾਫਰ ਨੂੰ ਬਿਲਕੁਲ ਸਧਾਰਨ ਅਰਥਾਂ ਤੋਂ ਚੱਕ ਕੇ ਦਾਰਸ਼ਨਿਕ ਅਰਥਾਂ ਤੱਕ ਲੈ ਜਾਂਦਾ ਹੈ। ਇੱਕ ਮੈਟਾਫਰ ਨੂੰ ਇਸ ਰੂਪ ਦੇ ਵਿੱਚ ਡਿਫਾਈਨ ਕਰਨਾ ਕਿ ਉਹ ਮੈਟਾਫਰ ਦਾਰਸ਼ਨਿਕਤਾ ਦੀ ਪੱਧਰ ਤੱਕ ਪਹੁੰਚ ਜੇ, ਇਹ ਦੁਨੀਆ ਦੇ ਬਹੁਤ ਘੱਟ ਕਵੀਆਂ ਦੇ ਹਿੱਸੇ ਆਉਂਦਾ ਹੈ। ਮੈਂ ਇੱਕ ਦੋ ਉਦਾਹਰਨਾਂ ਇੱਥੇ ਦੇਵਾਂਗਾ। ਇੱਕ ਦੋ ਮੈਟਾਫਰ ਜਿਹੜੇ ਆਪਣੇ ਕਵਿਤਾ ਦੇ ਵਿੱਚ ਵਰਤਦਾ, ਇੱਕ ਅੱਗ ਦਾ ਮੈਟਾਫਰ ਹੈ। ਹੁਣ ਅੱਗ ਦੇ ਮੈਟਾਫਰ ਦੇ ਨਾਲ ਕਿਵੇਂ ਖੇਡਦਾ ਹੈ, ਉਹਦੀ ਕਵਿਤਾ ਦੇ ਵਿੱਚੋਂ ਮੈਂ ਕੁਝ ਸਤਰਾਂ ਪੜ੍ਹਦਾ ਕਿ ਅਸੀਂ ਮੁਬਾਰਕ ਤੇਰੀ ਅੱਗ ਵਿੱਚ ਪਹਿਲੋਂ ਪਹਿਲ ਨਹਾਤੇ, ਤੇਰੀ ਅੱਗ ਤੇ ਸਾਡੀ ਅੱਗ ਵਿੱਚ ਅੱਜ ਤੱਕ ਬਲਣ ਮੁਆਤੇ, ਅੱਜ ਵੀ ਸਾਡੀ ਅੱਗ ਚੋਂ ਆਵੇ ਮਹਿਕ ਤੇਰੇ ਚੰਗਿਆੜੇ ਦੀ, ਮੈਂ ਸੱਜਣ ਰਿਸ਼ਮ ਰੁਪੈਲੀ ਪਹਿਲੇ ਤਾਰੇ ਦੀ, ਸੱਜਣਾ ਫੁੱਲ ਦੀ ਮਹਿਕ ਮਰੇ ਪਰ ਅੱਗ ਦੀ ਮਹਿਕ ਨਾ ਮਰਦੀ, ਜਿਉਂ ਜਿਉਂ ਰੁੱਖ ਉਮਰ ਦਾ ਸੁੱਕਦਾ ਦੂਣ ਸਵਾਈ ਵੱਧਦੀ, ਅੱਗ ਦੀ ਮਹਿਕ ਮਰੇ ਜੇ ਲੱਜਿਆ ਮਰ ਜੇ ਦਰਦ ਕੁਵਾਰੇ ਦੀ, ਮੈਂ ਸੱਜਣਾ ਰਿਸ਼ਮ ਰੁਪੈਲੀ ਪਹਿਲੇ ਤਾਰੇ ਦੀ, ਅਸੀਂ ਤਾਂ ਸੱਜਣ ਅੱਗ ਤੁਹਾਡੀ ਪਰ ਅੰਗ ਕਦੇ ਨਾ ਘੋਲੀ, ਅੱਗ ਪਰਾਈ ਸੰਗ ਸਾਡੀ ਲੱਜਿਆ ਬੋਲ ਕਦੇ ਨਾ ਬੋਲੀ, ਭਾਵੇਂ ਅੱਗ ਅਮਾਨਤ ਸਾਡੀ ਅੱਜ ਕਿਸੇ ਹੋਰ ਅੰਗਾਰੇ ਦੀ, ਮੈਂ ਸੱਜਣ ਰਿਸ਼ਮ ਰੁਪੈਲੀ ਪਹਿਲੇ ਤਾਰੇ ਦੀ। ਹੁਣ ਇਹਦੇ ਵਿੱਚ ਕਿਵੇਂ ਉਹ ਅੱਗ ਦੇ ਨਾਲ ਖੇਡ ਰਿਹਾ ਹੈ, ਅੱਗ ਦੇ ਮੈਟਾਫਰ ਦੇ ਨਾਲ ਖੇਡ ਰਿਹਾ ਹੈ, ਅੱਗ ਨੂੰ ਕਿੰਨੇ ਰੂਪਾਂ ਦੇ ਵਿੱਚ ਵਰਤ ਰਿਹਾ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦੀ ਗੱਲ ਹੈ ਕਿ ਕਿਸ ਤਰ੍ਹਾਂ ਉਹ ਇੱਕ ਮੈਟਾਫਰ ਨੂੰ ਐ ਉਧੇੜ ਰਿਹਾ, ਉਹਦੀਆਂ ਬਹੁਤ ਸਾਰੀਆਂ ਪਰਤਾਂ ਉਧੇੜ ਰਿਹਾ ਹੈ। ਇਸੇ ਤਰ੍ਹਾਂ ਹੀ ਉਹਦੀ ਕਵਿਤਾ ਦੇ ਵਿੱਚ ਇੱਕ ਸੂਰਜ ਦਾ ਮੈਟਾਫਰ ਆਉਂਦਾ ਹੈ। ਮਤਲਬ ਜਦੋਂ ਤੁਸੀਂ ਪੜ੍ਹਦੇ ਹੋ ਇਸ ਕਵਿਤਾ ਨੂੰ, ਸੋਗ ਨਾਂ ਦੀ ਕਵਿਤਾ ਹੈ, ਮੈਂ ਸਾਰੀਆਂ ਆਫਬੀਟ ਕਵਿਤਾਵਾਂ ਲਈਆਂ ਨੇ, ਉਹ ਕਵਿਤਾਵਾਂ ਨਹੀਂ ਲਈਆਂ ਜਿਹੜੀਆਂ ਆਮ ਤੌਰ ਤੇ ਜ਼ਿਆਦਾ ਗਾਈਆਂ ਜਾਂਦੀਆਂ ਨੇ। ਸੋ ਕਵਿਤਾ ਦੇ ਵਿੱਚ ਤੁਸੀਂ ਦੇਖੋ ਕਿ ਸੂਰਜ ਦੇ ਮੈਟਾਫਰ ਨਾਲ ਕਿਵੇਂ ਖੇਡਦਾ ਹੈ ਉਹ। ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਹਾਂ, ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ, ਜਦ ਰੋਈਆਂ ਵਿੱਚ ਪੰਛੀ ਤੜਕੇ ਵਾਗ ਕੋਈ ਲੈਂਦਾ ਹੈ,
ਮੈਂ ਆਪਣੇ ਸੰਗ ਸੁੱਤਾ ਆਪਣਾ ਗੀਤ ਜਗਾਉਂਦਾ ਹਾਂ, ਫਿਰ ਜਦ ਮੈਨੂੰ ਸੂਰਜ ਘਰ ਦੇ ਮੋੜ ਤੇ ਮਿਲਦਾ ਹੈ। ਹੁਣ ਸੂਰਜ ਦਾ ਨਵਾਂ ਰੂਪ। ਫਿਰ ਜਦ ਮੈਨੂੰ ਸੂਰਜ ਘਰ ਦੇ ਮੋੜ ਤੇ ਮਿਲਦਾ ਹੈ, ਨਦੀਏ ਰੋਜ਼ ਨਹਾਵਣ ਉਹਦੇ ਨਾਲ ਮੈਂ ਜਾਂਦਾ ਹਾਂ। ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ, ਮੈਂ ਸੂਰਜ ਲਈ ਵਿਹੜੇ ਨਿੰਮ ਦਾ ਪੀੜਾ ਡਾਉਂਦਾ ਹਾਂ। ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ, ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ। ਛਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਣ ਲੱਗਦਾ ਹਾਂ, ਮੈਂ ਸੂਰਜ ਦੇ ਗੋਰੇ ਗਲ ਵਿੱਚ ਬਾਹਾਂ ਪਾਉਂਦਾ ਹਾਂ। ਬਹੁਤ ਫਿਰ ਅੱਛਾ। ਜਦ ਸੂਰਜ ਮੇਰੇ ਘਰ ਦੀ ਕੰਧ ਉਤਰਦਾ ਹੈ, ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਜਾਂਦਾ ਹਾਂ। ਮੈਂ ਤੇ ਸੂਰਜ ਦੇ ਮੁੜ ਪਿਛਵਾੜੇ ਜਾਂਦੇ ਹਾਂ, ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਵਿਖਾਉਂਦਾ ਹਾਂ। ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖੀਆਂ ਭਰਦਾ ਹੈ, ਮੈਂ ਸੂਰਜ ਨੂੰ ਗਲ ਵਿੱਚ ਲੈ ਕੇ ਚੁੱਪ ਕਰਾਉਂਦਾ ਹਾਂ। ਮੈਂ ਤੇ ਸੂਰਜ ਫੇਰ ਚੁਪੀਤੇ ਤੁਰਦੇ ਜਾਂਦੇ ਹਾਂ। ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤੱਕ ਤੋਰ ਕੇ ਆਉਂਦਾ ਹਾਂ। ਰੋਜ਼ ਉਦਾਸਾ ਸੂਰਜ ਨਦੀਆਂ ਡੁੱਬ ਕੇ ਮਰਦਾ ਹੈ, ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ। ਹਾਏ ਹਾਏ ਹਾਏ, ਕੀ ਬਾਤ, ਬਹੁਤ ਕਵਿਤਾ ਦੇ ਅੱਛੀ, ਵਿੱਚ ਤੁਸੀਂ ਇਹ ਦੇਖੋ ਬਹੁਤ ਸੂਰਜ ਦੇ ਮੈਟਾਫਰ ਦੀਆਂ ਕਿੰਨੀਆਂ ਪਰਤਾਂ ਉੱਭਰ ਕੇ ਸਾਡੇ ਸਾਹਮਣੇ ਆ ਰਹੀਆਂ ਨੇ। ਇਹ ਸ਼ਿਵ ਦੀ ਪ੍ਰਾਪਤੀ ਹੈ ਕਿ ਉਹ ਮੈਟਾਫਰ ਨੂੰ ਦਾਰਸ਼ਨਿਕਤਾ ਦੀ ਪੱਧਰ ਤੱਕ ਲੈ ਕੇ ਜਾਂਦਾ ਹੈ, ਤੇ ਇੱਕ ਮੈਟਾਫਰ ਦੇ ਹਜ਼ਾਰ ਰੂਪ ਸਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ। ਤੇ ਹੁਣ ਜਦੋਂ ਆਪਾਂ ਗੱਲ ਕਰੀਏ ਕਿ ਉਹਦੀ ਜਿਹੜੀ ਉਹ ਸ਼ਾਇਰੀ ਹੈ ਜਿਹੜੀ ਆਮ ਤੌਰ ਤੇ ਉਹਦੀ ਪੀੜ ਦੇ ਮੈਟਾਫਰ ਦੇ ਆਲੇ ਦੁਆਲੇ ਨਹੀਂ ਘੁੰਮਦੀ, ਜਿਹੜੀ ਇਸ ਤੋਂ ਵੱਖਰੀ ਹੈ, ਉਹਦੇ ਵਿੱਚ ਪੀੜ ਹੈਗੀ ਹੈ ਪਰ ਹੋਰ ਤਰ੍ਹਾਂ ਦੀ ਪੀੜ ਹੈ। ਉਹਦੇ ਵਿੱਚੋਂ ਮੈਂ ਕੁਝ ਕਵਿਤਾਵਾਂ ਦੇ ਹਵਾਲੇ ਨਾਲ ਆਪਣੀ ਗੱਲ ਕਹੂੰਗਾ ਕਿ ਆਮ ਤੌਰ ਤੇ ਅਸੀਂ ਜਦੋਂ ਕਿਸੇ ਬੰਦੇ ਨੂੰ ਇੱਕ ਫਰੇਮ 'ਚ ਫਿੱਟ ਕਰਦੇ ਆ ਨਾ, ਤਾਂ ਅਸੀਂ ਉਹਦਾ ਬਹੁਤ ਅਧੂਰਾ ਅਨਲਿਸਿਸ ਕਰ ਰਹੇ ਹੁੰਦੇ ਆ ਤੇ ਉਹਦਾ ਬਹੁਤ ਕੁਝ ਮਾਰ ਵੀ ਰਹੇ ਹੁੰਦੇ ਆ। ਸ਼ਿਵ ਨੂੰ ਉਹਦੀ ਪੀੜ ਦੀ ਸ਼ਾਇਰੀ ਤੋਂ ਹਟ ਕੇ ਜਦੋਂ ਆਪਾਂ ਕਿਸੇ ਹੋਰ ਪ੍ਰਸੰਗ 'ਚ ਦੇਖਾਂਗੇ ਤਾਂ ਸਾਨੂੰ ਹੋਰ ਤਰ੍ਹਾਂ ਦਾ ਸ਼ਿਵ ਦਿਖਾਈ ਦੇਊਗਾ, ਜਿਹੜਾ ਦਾਇਰਿਆਂ ਤੋਂ ਬਾਹਰਲਾ ਸ਼ਿਵ ਹੈ, ਜਿਹੜੇ ਜਿਹੜੇ ਸ਼ਿਵ ਨੂੰ ਅਸੀਂ ਘੱਟ ਜਾਣਦੇ ਆ। ਉਹਨਾਂ ਦੀ ਇੱਕ ਕਵਿਤਾ ਫਾਂਸੀ। 80 ਸਾਲਾ ਬਜ਼ੁਰਗ ਬਾਬਾ ਬੂਝਾ ਸਿੰਘ, ਜਿਹੜਾ ਨਕਸਲਾਈਟ ਮੂਵਮੈਂਟ ਦਾ ਬਹੁਤ ਵੱਡਾ ਯੋਧਾ ਸੀ, ਜਦੋਂ ਉਹਨੂੰ ਫਾਂਸੀ ਲੱਗਦੀ ਹੈ, ਫਾਂਸੀ ਤੇ ਸ਼ਿਵ ਕਵਿਤਾ ਲਿਖ ਰਿਹਾ ਹੈ ਕਿ ਮੇਰੇ ਪਿੰਡ ਦੇ ਕਿਸੇ ਰੁੱਖ ਨੂੰ ਮੈਂ ਸੁਣਿਆ ਜੇਲ੍ਹ ਹੋ ਗਈ ਹੈ, ਉਹਦੇ ਕਈ ਦੋਸ਼ ਹਨ, ਉਹਦੇ ਪੱਤ ਸਾਵਿਆਂ ਦੀ ਥਾਂ ਹਮੇਸ਼ਾ ਲਾਲ ਉੱਗਦੇ ਸਨ, ਬਿਨਾਂ ਵਾਅਦੇ ਵੀ ਉੱਡਦੇ ਸਨ। ਹੁਣ ਮਤਲਬ ਚਾਹੇ ਉਹ ਕਵਿਤਾ ਰੋਹ ਦੀ ਲਿਖ ਰਿਹਾ ਹੈ, ਚਾਹੇ ਵਿਦਰੋਹ ਦੀ ਲਿਖ ਰਿਹਾ ਹੈ, ਚਾਹੇ ਦਰਦ ਦੀ ਲਿਖ ਰਿਹਾ ਹੈ, ਚਾਹੇ ਬਿਰਹਾ ਦੀ ਲਿਖ ਰਿਹਾ ਹੈ, ਪਰ ਉਹਦੀ ਕਵਿਤਾ ਕਿਤੇ ਵੀ ਪ੍ਰਚਾਰ ਨਹੀਂ ਬਣਦੀ ਹੈਗੀ। ਉਹਦੀ ਕਵਿਤਾ ਬਹੁਤ ਸੂਖਮ ਹੈ। ਇੱਥੇ ਵੀ ਉਹ ਕਹਿ ਰਿਹਾ ਕਿੱਡੇ ਖੂਬਸੂਰਤ ਤਰੀਕੇ ਨਾਲ ਕਿ ਉਹਦੇ ਪੱਤ ਸਾਵਿਆਂ ਦੀ ਥਾਂ ਹਮੇਸ਼ਾ ਲਾਲ ਉੱਗਦੇ ਸਨ। ਲਾਲੋ ਲਾਲ ਰੰਗ ਕਿੱਡੀ ਵੱਡੀ ਕ੍ਰਾਂਤੀ ਦੇ ਸਾਈਨ ਦੇ ਰੂਪ ਦੇ ਵਿੱਚ ਉਹਨੇ ਵਰਤਿਆ ਕਿ ਬਿਨਾਂ ਵਾਅਦੇ ਵੀ ਉੱਡਦੇ ਸਨ। ਉਸ ਪਿੰਡ ਤੋਂ ਬਾਹਰ ਨਹੀਂ, ਪਿੰਡ ਦੇ ਸਗੋਂ ਉਹ ਖੂਹ 'ਚ ਉੱਗਿਆ ਸੀ, ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਉਂਦਾ ਸੀ ਤੇ ਧੁੱਪ ਨੂੰ ਡਰਾਉਂਦਾ ਸੀ, ਤੇ ਰਾਈਆਂ ਨੂੰ ਤੁਰੇ ਜਾਂਦੇ ਉਹ ਧੁੱਪਾਂ ਤੋਂ ਬਚਾਉਂਦਾ ਸੀ, ਤੇ ਪਾਣੀ ਭਰਦੀਆਂ ਕੁੜੀਆਂ ਨੂੰ ਧੀ ਕਹਿ ਕੇ ਬੁਲਾਉਂਦਾ ਸੀ। ਹੁਣ ਐਡਾ ਵਾਹ, ਕਮਾਲ ਦਾ ਰੰਗ ਜਿਹੜਾ ਬਾਬਾ ਬੂਝਾ ਸਿੰਘ ਨੂੰ ਸਮਰਪਿਤ ਇਸ ਕਵਿਤਾ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਇੱਕ ਹੋਰ ਉਹਦੀ ਕਵਿਤਾ ਦੀ ਆਪਾਂ ਜੇ ਗੱਲ ਕਰੀਏ, ਇਸੇ ਤਰ੍ਹਾਂ ਦੀ ਕਵਿਤਾ ਹੈ, ਉਹ ਹੈ ਲੋਹੇ ਦਾ ਸ਼ਹਿਰ। ਤੁਸੀਂ ਇਹ ਕਵਿਤਾ ਸੁਣ ਕੇ ਤੁਹਾਨੂੰ ਲੱਗੂਗਾ ਕਿ ਪਾਸ਼ ਆਪਣੀ ਕਵਿਤਾ ਕਹਿ ਰਿਹਾ ਹੈ, ਜਾਂ ਦਰਸ਼ਨ ਖੱਟਕੜ ਆਪਣੀ ਕਵਿਤਾ ਕਹਿ ਰਿਹਾ ਹੈ, ਜਾਂ ਮਹਿੰਦਰ ਭੱਠਲ ਆਪਣੀ ਕਵਿਤਾ ਕਹਿ ਰਿਹਾ ਹੈ। ਮਹਿੰਦਰ ਭੱਠਲ ਦੀ ਤੁਸੀਂ ਕਵਿਤਾ ਜੇ ਕਦੋਂ ਪੜ੍ਹੋ, ਪੁਰਜੇ ਕਵਿਤਾ, ਤੇ ਉਦੋਂ ਬਾਅਦ ਲੋਹੇ ਦਾ ਸ਼ਹਿਰ ਸ਼ਿਵ ਕੁਮਾਰ ਦੀ ਕਵਿਤਾ ਪੜ੍ਹੋ, ਤਾਂ ਤੁਹਾਨੂੰ ਲੱਗੂਗਾ ਕਿ ਸ਼ਿਵ ਕੁਮਾਰ
ਉਸੇ ਭਾਵਨਾ ਨੂੰ ਉਸ ਤੋਂ ਵੱਧ ਸ਼ਿੱਦਤ ਨਾਲ ਜਿਉਂ ਰਿਹਾ ਹੈ। ਉਹਦੀ ਕਵਿਤਾ ਲੋਹੇ ਦਾ ਸ਼ਹਿਰ, ਕਿ ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ, ਸਿੱਕੇ ਦਾ ਬੋਲ ਬੋਲਣ ਸ਼ੀਸ਼ੇ ਦਾ ਵੇਸ਼ ਪਾਉਂਦੇ, ਜਿਸਦੀ ਇਹਦੇ ਗਗਨ ਤੇ ਪਿੱਤਲ ਦਾ ਚੜ੍ਹਦਾ ਸੂਰਜ, ਤਾਂਬੇ ਦੇ ਰੁੱਖਾਂ ਉੱਪਰ ਸੋਨੇ ਦੇ ਗਿਰਜ ਬਹਿੰਦੇ, ਇਸ ਸ਼ਹਿਰ ਦੇ ਇਹ ਲੋਕੀ ਜ਼ਿੰਦਗੀ ਦੀ ਹਾੜੀ ਸੋਣੀ, ਧੂਏ ਦੇ ਵੱਢ ਵਾਹ ਕੇ ਸ਼ਰਮਾ ਨੇ ਬੀਜ ਆਉਂਦੇ, ਚਾਂਦੀ ਦੀ ਫਸਲ ਨਿਸਰੇ, ਲੋਹੇ ਦੇ ਹੱਡ ਖਾ ਕੇ ਇਹ ਰੋਜ਼ ਚੁਗਣ ਸਿੱਟੇ, ਜਿਸਮਾਂ ਦੇ ਖੇਤ ਜਾਂਦੇ, ਇਹ ਸ਼ਹਿਰ ਦੇ ਇਹ ਵਾਸੀ ਬਿਰਹਾ ਦੀ ਜੂਨ ਆਉਂਦੇ, ਬਿਰਹਾ ਹੰਢਾ ਕੇ ਸਭੇ ਸੱਖਣੇ ਹੀ ਪਰਤ ਜਾਂਦੇ। ਹੁਣ ਕਿਆ ਇੱਕ ਬਾਤ, ਸ਼ਹਿਰ ਦੀ ਕੈਫੀਅਤ ਨੂੰ, ਇੱਕ ਸ਼ਹਿਰ ਦੀ ਪ੍ਰਕਿਰਤੀ ਨੂੰ, ਇੱਕ ਇੱਕ ਸ਼ਹਿਰ ਦੀ ਜਿਹੜੀ ਮਸ਼ੀਨੀ ਬਣ ਨੂੰ ਤੇ ਸੱਤਾ ਕਿਸ ਤਰ੍ਹਾਂ ਖੇਡ ਖੇਡਦੀ ਹੈ ਲੋਕਾਂ ਦੇ ਨਾਲ, ਇਸ ਨੂੰ ਬਹੁਤ ਖੂਬਸੂਰਤੀ ਨਾਲ ਮਤਲਬ ਇਸ ਕਵਿਤਾ ਦੇ ਵਿੱਚ ਉਹ ਕਹਿ ਰਿਹਾ ਹੈਗਾ। ਉਸ ਤੋਂ ਬਾਅਦ ਜਦੋਂ ਅਸੀਂ ਲੂਣਾ ਵੱਲ ਆਉਂਦੇ ਹਾਂ, ਜਿਹੜੀ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਕਵਿਤਾ ਹੈ, ਜਿੱਤੇ ਉਹਨੂੰ ਸਾਹਿਤ ਅਕਾਦਮੀ ਦਾ ਅਵਾਰਡ ਮਿਲਦਾ ਹੈ, ਉਹ ਕਿਵੇਂ ਮਤਲਬ ਐਡੇ ਵੱਡੇ ਦਰਦ ਨੂੰ ਜ਼ੁਬਾਨ ਦਿੰਦਾ ਹੈ, ਤੇ ਉਸ ਔਰਤ ਨੂੰ ਜਿਹਨੂੰ ਪੂਰਾ ਮੱਧ ਕਾਲ ਬਦਚਲਨ ਕਹਿ ਰਿਹਾ ਹੈ, ਬਦਕਾਰ ਕਹਿ ਰਿਹਾ ਹੈ, ਉਸ ਔਰਤ ਨੂੰ ਫੈਮਿਨਿਜ਼ਮ ਦੇ ਐਂਗਲ ਤੋਂ ਇੱਕ ਨਾਇਕਾ ਬਣਾ ਕੇ ਪੇਸ਼ ਕਰਦਾ ਹੈ, ਤੇ ਉਹਦੇ ਮੂੰਹ ਰਾਹੀਂ ਜੋ ਸ਼ਬਦ ਕਹਾਉਂਦਾ ਹੈ, ਉਹ ਸ਼ਬਦ ਮੈਨੂੰ ਲੱਗਦਾ ਕਿ ਜਿਵੇਂ ਉਹ ਸਾਰੇ ਸਮਾਜ ਨੂੰ ਫਿਟੇ ਲਾਣ ਦੇ ਰਿਹਾ ਹੋਵੇ। ਪਿਤਾ ਜੀ ਧੀ ਦਾ ਰੂਪ ਹੰਢਾਵੇ, ਲੋਕਾਂ ਵਿੱਚ ਤੈਨੂੰ ਲਾਜ ਨਾ ਆਵੇ, ਜੇ ਲੂਣਾ ਪੂਰਨ ਨੂੰ ਚਰਿੱਤਰਹੀਣ ਕਵੇ ਕਿਉਂ ਜੀਵ ਜਹਾਨ ਦੀ, ਲੂਣਾ ਹੋਵੇ ਵਾਹ ਤਾਂ ਵਾਹ ਅਪਰਾਧਣ, ਜੇਕਰ ਅੰਦਰੋਂ ਹੋਵੇ ਸੁਹਾਗਣ, ਮਹਿਕ ਉਹਦੀ ਜੇ ਹੋਵੇ ਦਾਗਣ, ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ। ਹੁਣ ਐਡੀ ਵੱਡੀ ਵਾਹ ਗੱਲ ਇੱਕ ਉਸ ਔਰਤ ਦੇ ਮੂਹਰੋਂ ਜਿਹਨੂੰ ਸਾਡੇ ਸਮਾਜ ਨੇ ਬਦਚਲਨ ਬਦਕਾਰ ਕਿਹਾ ਤੇ ਉਹਨੂੰ ਖਲਨਾਇਕ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਉਸ ਔਰਤ ਦੀ ਜ਼ੁਬਾਨ ਸ਼ਿਵ ਦੀ ਕਵਿਤਾ ਦੇ ਵਿੱਚ ਆ ਕੇ ਕਿਵੇਂ ਇੱਕ ਔਰਤ ਦੀ ਜ਼ੁਬਾਨ ਬਣ ਜਾਂਦੀ ਹੈ। ਇਸ ਤੋਂ ਅੱਗੇ ਜੇ ਆਪਾਂ ਤੁਰੀਏ ਇਸ ਆਫਬੀਟ ਸ਼ਾਇਰੀ ਦੇ ਵਿੱਚ, ਉਹ ਆਪਣੇ ਬਹੁਤ ਸਾਰੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਸਫ਼ਰ ਬਿਤਾਉਂਦਾ ਹੈ, ਕਿਉਂਕਿ ਨਾਟਕ ਦਾ ਬੰਦਾ ਮੈਨੂੰ ਮੈਂ ਬਹੁਤ ਸਾਰੇ ਜਦੋਂ ਉਸ ਦੌਰ ਦੇ ਨਾਟਕਕਾਰਾਂ ਨੂੰ ਪੜ੍ਹਦਾ, ਉਹਦੇ ਵਿੱਚੋਂ ਇੱਕ ਨਾਟਕਕਾਰ ਸੀ ਸ਼ਿਵ ਦਾ ਬਹੁਤ ਕਰੀਬੀ ਦੋਸਤ ਸੀ ਉਹ, ਜੋਗਿੰਦਰ ਬਾਹਰਲਾ। ਜੋਗਿੰਦਰ ਬਾਹਰਲਾ ਜਦੋਂ ਆਪਣੇ ਖੇਤ ਦੇ ਵਿੱਚ ਹੁੰਦਾ ਸੀ ਤੇ ਸ਼ਿਵ ਕੁਮਾਰ ਉਹਦੇ ਕੋਲੇ ਜਾਂਦਾ ਸੀ, ਤਾਂ ਉੱਥੇ ਫਿਰ ਉਹ ਕੁਦਰਤ, ਖੇਤ, ਆਮ ਆਦਮੀ ਦੀ ਪੀੜ, ਆਮ ਆਦਮੀ ਦੇ ਜਿਹੜੇ ਨਿੱਕੇ ਨਿੱਕੇ ਰੋਸੇ, ਉਹਦੇ ਝੇੜੇ, ਉਹਨਾਂ ਨੂੰ ਕਿਵੇਂ ਆਪਣੇ ਗੀਤਾਂ ਦੇ ਵਿੱਚ ਜ਼ੁਬਾਨ ਦਿੰਦਾ ਹੈ। ਇਹ ਗੀਤ ਜੋਗਿੰਦਰ ਬਾਹਰਲਾ ਅਕਸਰ ਦੱਸਦਾ ਹੁੰਦਾ ਹੈ ਕਿ ਇਹ ਗੀਤ ਸ਼ਿਵ ਨੇ ਮੇਰੇ ਲਈ ਲਿਖਿਆ ਸੀ। ਉਹ ਗੀਤ ਕੀ ਸੀ ਕਿ ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨਹੀਂ ਉੱਥੇ ਮੇਰਾ ਯਾਰ ਵਸਦਾ, ਜਿੱਥੇ ਲੰਘ ਵਾਹ ਵਾਹ ਕੌਣ ਵੀ ਖਲੋ, ਨਹੀਂ ਉੱਥੇ ਮੇਰਾ ਯਾਰ ਵਸਦਾ। ਯਾਰ ਵਾਹ ਹੁਣ ਵਾਹ 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 ਇਹਦੇ ਵਿੱਚ ਤੁਸੀਂ ਅੱਗੇ ਜਾ ਕੇ ਦੇਖਿਓ ਉਹ ਕਿਵੇਂ ਕਹਿੰਦਾ ਹੈਗਾ ਕਿ ਭੁੱਖੇ ਭਾਣੇ ਸੌਣ ਜਿੱਥੇ ਖੇਤਾਂ ਦੇ ਰਾਣੇ, ਸੱਜਣ ਦੇ ਰੰਗ ਜਿਹੇ ਕਣਕਾਂ ਦੇ ਦਾਣੇ, ਜਿੱਥੇ ਦੰਮਾਂ ਵਾਲੇ ਲੈਂਦੇ ਨੇ ਲਕੋ, ਨਹੀਂ ਉੱਥੇ ਮੇਰਾ ਯਾਰ ਵਸਦਾ। ਜਿੱਥੇ ਵਾਹ ਇਤਰਾਂ ਦੇ ਵਾਹ ਵਗਦੇ ਨੇ ਚੋ, ਨਹੀਂ ਉੱਥੇ ਮੇਰਾ ਯਾਰ ਵਸਦਾ, ਜਿੱਥੇ ਲੰਘਦੀ ਹੈ ਪੌਣ ਵੀ ਖਲੋ, ਨਹੀਂ ਉੱਥੇ ਮੇਰਾ ਯਾਰ ਵਸਦਾ। ਇਸ ਤੋਂ ਬਾਅਦ ਇਸ ਆਫਬੀਟ ਸ਼ਾਇਰੀ ਦੇ ਵਿੱਚ ਉਹਦੀਆਂ ਦੋ ਕਵਿਤਾਵਾਂ ਜਿਨ੍ਹਾਂ ਨੂੰ ਮੈਂ ਜ਼ਰੂਰ ਕੋਟ ਕਰਨਾ ਚਾਹੂੰਗਾ, ਜਿਨ੍ਹਾਂ ਦਾ ਹਵਾਲਾ ਦੇਣਾ ਚਾਹੂੰਗਾ, ਉਹ ਮਤਲਬ ਧੀ ਦੇ ਦਰਦ ਨੂੰ ਕਿਵੇਂ ਜ਼ਬਾਨ ਦਿੰਦਾ ਹੈ। ਇਹ ਉਹ ਧੀ ਜਿਹੜੀ ਸਾਡੀ ਲੋਕਧਾਰਾ ਦੇ ਵਿੱਚ ਚੰਦਨ ਦੇ ਓਲੇ ਖੜਦੀ ਹੈ, ਜਿਹਦੇ ਜਜ਼ਬਿਆਂ ਨੂੰ ਨਾ ਉਹਦਾ ਬਾਬਲ ਦੇਖ ਰਿਹਾ ਹੈ, ਨਾ ਉਹਦਾ ਭਰਾ ਦੇਖ ਰਿਹਾ ਹੈ, ਜਾਂ ਸਾਰਾ ਸਮਾਜ ਉਹਦੇ ਜਜ਼ਬਿਆਂ ਦੇ ਹਾਣਦਾ ਨਹੀਂ ਹੈਗਾ, ਉਹਦੇ ਅੰਦਰਲੇ ਜਜ਼ਬੇ ਕਿਵੇਂ ਕਮਲਾ ਜਾਂਦੇ ਨੇ, ਤਾਂ ਸ਼ਿਵ ਉਸ ਧੀ ਦੇ ਕਿਵੇਂ ਜ਼ਬਾਨ ਦਿੰਦਾ ਹੈ। ਉਹ ਕਹਿੰਦਾ ਕਿ ਜਦ ਪੈਣਕ ਪਾਹੀ ਫੁੱਲ ਵੇ ਧਰਮੀ ਬਾਬਲਾ, ਸਾਨੂੰ ਔਰਤ ਲੈ ਦੀ ਮੁੱਲ ਵੇ ਧਰਮੀ ਬਾਬਲਾ। ਵਾਹ ਇਸ ਵਾਹ ਵਾਹ ਤੇ ਮੇਰਾ ਵਾਹ ਗੀਤ ਗਵਾਚਾ, ਜਿਹਦੇ ਗਲ ਬਿਰਹੋਂ ਦੀ ਗਾਨੀ, ਮੁੱਖ ਤੇ ਕਿੱਲ ਗਵਾਂ ਦੇ ਨੈਣੀ, ਉਜੜੇ ਖੂਹ ਦਾ ਪਾਣੀ,
ਗੀਤ ਕੇ ਜਿਸ ਨੂੰ ਹੋਠ ਛੁਹਾਇਆ ਜਾਏ ਕਥੂਰੀ ਘੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦੀ ਮੁੱਲ ਵੇ ਧਰਮੀ ਬਾਬਲਾ। ਅੱਗੇ ਇੱਕ ਕਮਾਲ ਦਾ ਲਾਈਨ ਹੈ ਇਹਦੇ ਵਿੱਚ, ਇੱਕ ਦਿਨ ਮੈਂ ਤੇ ਗੀਤ ਮੇਰੇ ਇਸ ਟੂਣੇ ਹਾਰੀ ਰੁੱਤੇ, ਦਿਲ ਦੀ ਧਰਤੀ ਵਾਹੀ ਗੋਡੀ ਬੀਜੇ ਸੁਪਨੇ ਸੁੱਚੇ, ਲੱਖ ਨੈਣਾਂ ਦੇ ਪਾਣੀ ਸਿੰਜੇ ਪਰ ਨਾ ਲੱਗੇ ਫੁੱਲ ਵੇ ਧਰਮੀ ਬਾਬਲਾ, ਸਾਨੂੰ ਇੱਕ ਫੁੱਲ ਲੈ ਦੀ ਮੁੱਲ ਵੇ ਧਰਮੀ ਬਾਬਲਾ। ਹੁਣ ਬਿਲਕੁਲ ਇਸੇ ਤਰ੍ਹਾਂ ਦੀ ਕਵਿਤਾ ਉਹਦੀ ਬਾਬਲ ਦੀ, ਅਸੀਂ ਮਰੂਆ ਗੋਡਣ ਜਾਣਾ ਨੈਣਾ ਦੇ ਖੂਹ ਗੇੜ ਦੁਮਾਲੇ, ਮਰੂਏ ਪਾਣੀ ਲਾਣਾ ਬਾਬਲ ਜੀ ਅਸੀਂ ਮਰੂਆ ਗੋਡਣ ਜਾਣਾ, ਇਹ ਵੀ ਧੀ ਦੇ ਜਜ਼ਬਿਆਂ ਨੂੰ ਇਹ ਕਵਿਤਾ ਜਿਹੜੀ ਹੈਗੀ ਹੈ ਉਹ ਜ਼ੁਬਾਨ ਦੇ ਰਹੀ ਹੈ। ਇਸ ਤੋਂ ਬਾਅਦ ਇਸੇ ਲਹਿਰ ਦੇ ਵਿੱਚ ਇਸੇ ਪ੍ਰਸੰਗ ਦੇ ਵਿੱਚ ਉਹਦੀਆਂ ਕੁਝ ਕਵਿਤਾਵਾਂ ਹੋਰ ਨੇ। ਇੱਕ ਉਹਦੀ ਕਵਿਤਾ ਇਲਜ਼ਾਮ, ਉਹ ਕਹਿੰਦਾ ਕਿ ਮੇਰੇ ਤੇ ਮੇਰੇ ਦੋਸਤ ਨੂੰ ਇਲਜ਼ਾਮ ਲਗਾਇਆ ਕਿ ਤੇਰੇ ਸ਼ਹਿਰ ਦੀ ਇੱਕ ਤਿਤਲੀ ਦਾ ਮੈਂ ਰੰਗ ਚੁਰਾਇਆ, ਉੱਟ ਕੇ ਮੈਂ ਕਿਸੇ ਬਾਗ ਚੋਂ ਗੁਲਮੋਹਰ ਦਾ ਬੂਟਾ ਸੁੰਨਸਾਨ ਬੀਆਬਾਨ ਮੈਂ ਮੜੀਆਂ ਚ ਲਗਾਇਆ, ਹੁੰਦੀ ਹੈ ਸੁਹਾਂਜਣੇ ਦੀ ਜਿਵੇਂ ਜੜ ਚ ਕੁੜੱਤਣ, ਉਨਾ ਹੀ ਮੇਰੇ ਦਿਲ ਦੇ ਜਿਹੜੀ ਪਾਪ ਸਮਾਇਆ, ਬਦਕਾਰ ਹਾਂ ਬਦਚਲਨ ਹਾਂ ਪੁੱਜ ਕੇ ਹਾਂ ਕਮੀਨਾ, ਹਰ ਗਮ ਦਾ ਅਰਜ ਜਾਣ ਕੇ ਮੈਂ ਤੂਲ ਬਣਾਇਆ। ਹੁਣ ਇਸ ਕਵਿਤਾ ਦੇ ਵਿੱਚ ਉਸ ਦੌਰ ਦੇ ਵਿੱਚ ਸ਼ਿਵ ਦੇ ਦੌਰ ਦੇ ਵਿੱਚ ਸ਼ਿਵ ਦੀ ਕਿਵੇਂ ਆਲੋਚਨਾ ਹੁੰਦੀ ਹੈ, ਸ਼ਿਵ ਨੂੰ ਬਹੁਤ ਥਾਵਾਂ ਤੇ ਉਹਦੇ ਆਪਣੇ ਵੀ ਰੱਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਪ੍ਰਸੰਗ ਦੇ ਵਿੱਚ ਜਦੋਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਤਾਂ ਉਹਦੇ ਵਿੱਚੋਂ ਜੋ ਇਹਦੀ ਇਹੋ ਜਿਹੀ ਕਵਿਤਾ ਇਹੋ ਜਿਹੇ ਭਾਵ ਨਿਕਲਦੇ ਨੇ ਕਿ ਮੇਰੇ ਤੇ ਕਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਨੇ, ਤੇ ਉਹ ਇਲਜ਼ਾਮ ਮੇਰੇ ਆਪਣੇ ਸਰਕਲਾਂ ਦੇ ਵਿੱਚੋਂ ਹੀ ਲੱਗ ਰਹੇ ਨੇ। ਇਹ ਕਵਿਤਾ ਉਸ ਕੈਫੀਅਤ ਦੀ ਕਵਿਤਾ ਹੈ, ਉਸ ਪ੍ਰਸੰਗ ਦੀ ਕਵਿਤਾ ਜਿਸ ਜਿਸ ਪ੍ਰਸੰਗ ਦੇ ਵਿੱਚੋਂ ਉਹਦੀ ਆਪਣੀ ਪੀੜ ਜਿਹੜੀ ਡਿਪਰੈਸ਼ਨ ਦੇ ਰੂਪ ਦੇ ਵਿੱਚ ਨਿਕਲਦੀ ਹੈ ਉਹ ਸਾਰੀ ਕਵਿਤਾ ਦੇ ਵਿੱਚ ਪੇਸ਼ ਹੁੰਦੀ ਹੈ। ਇਸ ਤੋਂ ਅੱਗੇ ਫਿਰ ਜਦੋਂ ਉਹ ਸ਼ਹੀਦਾਂ ਬਾਰੇ ਲਿਖਦਾ ਹੈ, ਉਹਦੇ ਲਈ ਸ਼ਹੀਦਾਂ ਬਾਰੇ ਲਿਖਣਾ ਵੀ ਉਵੇਂ ਹੀ ਹੈ ਜਿਵੇਂ ਉਹ ਪੀੜ ਬਾਰੇ ਲਿਖਦਾ ਹੈ, ਉੱਥੇ ਵੀ ਉਹ ਮੈਟਾਫਰਾਂ ਤੋਂ ਬਾਹਰ ਕਿਤੇ ਨਿਕਲਦਾ ਹੈਗਾ, ਸਿੱਧਾ ਪ੍ਰਚਾਰ ਉਹਦੀ ਕਵਿਤਾ 'ਚ ਇੱਥੇ ਵੀ ਨਹੀਂ ਆਉਂਦਾ ਹੈਗਾ। ਕਹਿੰਦਾ ਕਿ ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜ੍ਹਦੇ ਨੇ, ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾ ਸੂਰਜ ਬਣ ਕੇ ਦਗਦੀ ਹੈ, ਉਹ ਅਸਮਾਨੀ ਬੱਦਲ ਬਣ ਕੇ ਵਰਦੇ ਨੇ, ਮੌਤ ਸ਼ਹੀਦਾਂ ਦੀ ਜੋ ਜਿਹੜੇ ਲੋਕੀ ਮਰਦੇ ਨੇ। ਇਸੇ ਤਰ੍ਹਾਂ ਹੀ ਇੱਕ ਹੋਰ ਕਵਿਤਾ ਉਹਦੀ ਬਹੁਤ ਖੂਬਸੂਰਤ ਹੈ ਜਿਹੜੀ ਆਪਾਂ ਬਹੁਤ ਘੱਟ ਪੜ੍ਹਦੇ ਹਾਂ, ਉਹ ਕਵਿਤਾ ਹਿਜੜਾ। ਆਮ ਤੌਰ 'ਤੇ ਥਰਡ ਜੈਂਡਰ ਬਾਰੇ ਸਾਡੇ ਕੋਲ ਨਾਵਲ ਅਤੇ ਕਹਾਣੀਆਂ ਤਾਂ ਬਹੁਤ ਨੇ, ਪਰ ਥਰਡ ਜੈਂਡਰ ਬਾਰੇ ਸਾਡੇ ਕੋਲ ਕਵਿਤਾਵਾਂ ਬਹੁਤ ਘੱਟ ਨੇ, ਤੇ ਕਵਿਤਾਵਾਂ ਵੀ ਉਸ ਪੱਧਰ ਦੀਆਂ ਜਿਹੜੀ ਜਿਸ ਪੱਧਰ ਦੀਆਂ ਸ਼ਿਵ ਦੀ ਕਵਿਤਾ ਹੈ। ਇਹ ਸ਼ਿਵ ਇੱਕ ਹਿਜੜੇ ਦੀ ਕਿੰਨਰ ਦੀ ਮਾਨਸਿਕਤਾ ਨੂੰ ਕਿਵੇਂ ਫੜਦਾ ਹੈ, ਕਿਸ ਤਰ੍ਹਾਂ ਦੇ ਮੈਟਾਫਰ ਯੂਜ ਕਰਦਾ ਹੈ, ਉਹ ਕਹਿੰਦਾ ਵੀ ਰਾਤ ਅੱਧੀ ਆਰ ਅੱਧੀ ਪਾਰ ਹੈ, ਸੋਚ ਮੇਰੀ ਵਾਂਗ ਹੀ ਬੇਜ਼ਾਰ ਹੈ, ਇਹ ਤਾਂ ਮੈਨੂੰ ਇਉਂ ਪਈ ਹੈ ਭਾਸਦੀ, ਮੇਰੇ ਵਾਕਣ ਮਰਦ ਹੈ ਨਾ ਨਾਰ ਹੈ, ਰਾਤ ਅੱਧੀ ਪਾਰ ਅੱਧੀ ਆਰ ਹੈ, ਗਲੀ ਗਲੀ ਚੁੰਮਣੇ ਪੱਤਰ ਪਰਾਏ, ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ, ਵੇਲ ਪਿੱਛੇ ਸੱਦ ਲਾ ਕੇ ਆਖਣਾ, ਵੇਲ ਤੇਰੀ ਹੋਰ ਵੀ ਦਾਤਾ ਵਧਾਵੇ, ਕਿਸ ਕਦਰ ਅਸਚਰਜ ਦੀ ਗੱਲ ਹਾਏ, ਇੱਕ ਮਾਗਤ ਰਾਜਿਆਂ ਨੂੰ ਖੈਰ ਪਾਏ, ਹਾਏ ਨਾ ਦਾਤਾ ਸਮਝ ਆਏ, ਮੇਰੀ ਆਪਣੀ ਬੇਲ ਖੁਦ ਬੇਕਾਰ ਹੈ, ਰਾਤ ਅੱਧੀ ਆਰ ਅੱਧੀ ਪਾਰ ਹੈ। ਸੋ ਇਸ ਕਿਸਮ ਦੇ ਸਰੋਕਾਰਾਂ ਨੂੰ ਸਮਝਣਾ, ਇਸ ਕਿਸਮ ਦੇ ਪ੍ਰਸੰਗਾਂ ਤੇ ਸੰਦਰਭਾਂ ਨੂੰ ਫੜਨਾ, ਇਹ ਵੀ ਸ਼ਿਵ ਕੁਮਾਰ ਵਰਗੇ ਬੰਦਿਆਂ ਦੇ ਹਿੱਸੇ ਆਉਂਦਾ ਹੈ। ਸੋ ਇਹੋ ਜਿਹੀਆਂ ਕਿੰਨੀਆਂ ਹੀ ਖੂਬਸੂਰਤ ਕਵਿਤਾਵਾਂ ਨੇ ਜਦੋਂ ਅਸੀਂ ਸ਼ਿਵ ਨੂੰ ਪੜ੍ਹਦੇ ਹਾਂ, ਉਹ ਇੱਕ ਥਾਂ ਤੇ ਮਤਲਬ ਇੱਕ ਬਹੁਤ ਸਿੰਬੋਲਿਕ ਤਰੀਕੇ ਨਾਲ ਇੱਕ ਕਿਤਾਬ ਦਾ ਹਵਾਲਾ ਦਿੰਦਾ ਹੈ। ਇਹ ਕਿਤਾਬ ਸੰਵਿਧਾਨ ਵੀ ਹੋ ਸਕਦੀ ਹੈ,
ਇਹ ਮੈਨੂੰ ਜਦੋਂ ਮੈਂ ਕਵਿਤਾ ਪੜ੍ਹਦਾ ਮੈਨੂੰ ਪਾਸ਼ ਦੀ ਉਹ ਸੰਵਿਧਾਨ ਵਾਲੀ ਕਵਿਤਾ ਜਿਹੜੀ ਯਾਦ ਆਉਂਦੀ ਹੈ ਕਿ ਮੈਂ ਮੇਰੇ ਦੋਸਤ ਤੇਰੀ ਕਿਤਾਬ ਨੂੰ ਪੜ੍ਹ ਕੇ ਕਈ ਦਿਨ ਹੋ ਗਏ ਨੇ ਸੌਂ ਨਹੀਂ ਸਕਿਆ। ਇਹ ਮੇਰੇ ਵਾਸਤੇ ਤੇਰੀ ਕਿਤਾਬ ਬੁੱਢੀ ਹੈ, ਇਹਦੇ ਹਰਫਾਂ ਦੇ ਹੱਥ ਕੰਬਦੇ ਨੇ, ਇਹਦੀ ਹਰ ਸਤਰ ਸਠਿਆਈ ਹੋਈ ਹੈ, ਇਹ ਬਲ ਕੇ ਬੁਝ ਗਏ ਅਰਥਾਂ ਦੀ ਅੱਗ ਹੈ, ਇਹ ਮੇਰੇ ਵਾਸਤੇ ਸ਼ਮਸ਼ਾਨੀ ਸੁਆਹ ਹੈ। ਹੁਣ ਕਿਸੇ ਕਿਤਾਬ ਨੂੰ ਇਸ ਤਰ੍ਹਾਂ ਰੱਦ ਕਰਨਾ, ਇਸ ਮੈਟਾਫਰਾਂ ਦੇ ਵਿੱਚ ਰੱਦ ਕਰਨਾ, ਇਹ ਵੇਲੇ ਦੀ ਸੱਤਾ ਦੇ ਖਿਲਾਫ ਇੱਕ ਬਹੁਤ ਵੱਡੀ ਚੁਣੌਤੀ ਹੈ ਤੇ ਇਹ ਕਵਿਤਾ ਨਾਬਰੀ ਦੀ ਕਵਿਤਾ ਬਣ ਜਾਂਦੀ ਹੈ। ਦੋ ਕਵਿਤਾਵਾਂ ਬਸ ਅਖੀਰ ਤੇ ਮੈਂ ਹੋਰ ਉਹਨਾਂ ਦੀ ਗੱਲ ਕਰੂੰਗਾ, ਉਸ ਤੋਂ ਬਾਅਦ ਮੈਂ ਆਪਣੀ ਗੱਲ ਨੂੰ ਵਿਰਾਮ ਦੇਊਂਗਾ। ਉਹ ਦੋ ਕਵਿਤਾਵਾਂ ਦੇ ਵਿੱਚ ਮੈਟਾਫਰਾਂ ਨੂੰ ਉਲਟਾਉਂਦਾ ਕਿਵੇਂ ਹੈ? ਆਮ ਤੌਰ ਤੇ ਕੁਝ ਮੈਟਰ ਨਾ ਐਸਟੈਬਲਿਸ਼ ਹੋ ਜਾਂਦੇ ਨੇ ਮੈਟਾਫਰ, ਉਹਨਾਂ ਦੇ ਇੱਕੋ ਹੀ ਅਰਥ ਸਾਨੂੰ ਸਮਝ ਆਉਂਦੇ ਨੇ, ਜਿਵੇਂ ਚੰਨ ਦਾ ਮੈਟਾਫਰ ਹੈ, ਤਾਰਿਆਂ ਦਾ ਮੈਟਾਫਰ ਹੈ। ਉੱਥੇ ਜਿਹੜੇ ਕਵੀ ਵੱਡੇ ਕਵੀ ਨੇ ਉਹਨਾਂ ਦੀ ਜਿਹੜੀ ਤਾਕਤ ਹੁੰਦੀ ਹੈ ਉਹ ਮੈਟਾਫਰਾਂ ਦੇ ਅਰਥਾਂ ਨੂੰ ਉਲਟਾਉਣ ਦੇ ਵਿੱਚ ਹੁੰਦੀ ਹੈ। ਜਿਵੇਂ ਅੰਮ੍ਰਿਤਾ ਪ੍ਰੀਤਮ ਇੱਕ ਥਾਂ ਤੇ ਕਹਿੰਦੀ ਹੈ ਕਿ ਚੱਪਾ ਚੰਨ ਤੇ ਮੁੱਠ ਕਿਤਾਰੇ ਸਾਡਾ ਮੱਲ ਬੈਠੇ ਅਸਮਾਨ, ਉਹ ਬਿਲਕੁਲ ਮੈਟਾਫਰ ਨੂੰ ਉਲਟਾ ਦਿੰਦੀ ਹੈ ਚੰਨ ਦੇ ਤਾਰਿਆਂ ਨੂੰ। ਇੱਥੇ ਸ਼ਿਵ ਦੀਆਂ ਦੋ ਕਵਿਤਾਵਾਂ ਨੇ, ਇੱਕ ਕਵਿਤਾ ਲੁੱਚੀ ਧਰਤੀ। ਹੁਣ ਧਰਤੀ ਸਾਡੇ ਲਈ ਹਮੇਸ਼ਾ ਰਿਸਪੈਕਟੇਬਲ ਰਹੀ ਹੈ, ਪਰ ਜੋ ਸ਼ਿਵ ਕੁਮਾਰ ਕਹਿੰਦਾ ਹੈ ਕਿ ਅੰਬਰ ਦਾ ਜਦ ਕੰਬਲ ਲੈ ਕੇ ਧਰਤੀ ਕੱਲ ਦੀ ਸੁੱਤੀ, ਮੈਨੂੰ ਧਰਤੀ ਲੁੱਚੀ ਜਾਪੀ, ਮੈਨੂੰ ਜਾਪੀ ਕੁੱਤੀ, ਸਦਾ ਹੀ ਰਾਜ ਘਰਾਂ ਸੰਗ ਸੁੱਤੀ, ਰਾਜ ਘਰਾਂ ਸੰਗ ਉੱਠੀ, ਝੁੱਗੀਆਂ ਦੇ ਸੰਗ ਜਦ ਵੀ ਬੋਲੀ, ਬੋਲੀ ਸਦਾ ਹੀ ਰੁੱਖੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਅੱਖੀਆਂ ਉੱਪਰ ਚੁੱਕੀ, ਉਹ ਇਹਨੂੰ ਮਾਂ ਕਹਿੰਦੇ ਨੇ ਭਾਵੇਂ ਇਹ ਕਪੁੱਤੀ, ਉਹਨਾਂ ਇਹਨੂੰ ਲਾਲ ਲਡਾਇਆ ਪਰ ਇਹ ਰੁੱਸੀ ਰੁੱਸੀ, ਕਈ ਵਾਰੀ ਇਹਦੀ ਇੱਜ਼ਤ ਰਲ ਕੇ 100 ਸਿਕੰਦਰਾਂ ਲੁੱਟੀ, ਇਹਨੇ ਰਾਜ ਘਰਾਂ ਚੋਂ ਆ ਕੇ ਫਿਰ ਵੀ ਬਾਤ ਨਾ ਪੁੱਛੀ, ਅੱਜ ਤੂੰ ਮੈਂ ਇਹਨੂੰ ਲੁੱਚੀ ਕਹਿਣਾ, ਅੱਜ ਤੂੰ ਮੈਂ ਇਹਨੂੰ ਕੁੱਤੀ, ਕੱਲ ਤੱਕ ਜਿਹੜੀ ਮਾਂ ਵਾਕਣ ਮੈਂ ਅੱਖੀਆਂ ਤੇ ਸੀ ਚੁੱਕੀ। ਹੁਣ ਸੱਤਾ ਨੂੰ ਇਸ ਭਾਸ਼ਾ ਦੇ ਵਿੱਚ ਚੈਲੰਜ ਕਰਨਾ, ਧਰਤੀ ਦੇ ਮੈਟਾਫਰ ਰਾਹੀਂ ਚੈਲੰਜ ਕਰਨਾ, ਇਸੇ ਗੱਲ ਨੂੰ ਜਦੋਂ ਪ੍ਰੋਫੈਸਰ ਮੋਹਨ ਸਿੰਘ ਵਰਗਾ ਬੰਦਾ ਬਹੁਤ ਸਿੱਧੇ ਰੂਪ ਦੇ ਵਿੱਚ ਕਹਿੰਦਾ ਹੈ, ਉੱਥੇ ਸ਼ਿਵ ਕੁਮਾਰ ਉਸਨੂੰ ਬਹੁਤ ਅਪ੍ਰਤੱਖ ਰੂਪ ਦੇ ਵਿੱਚ ਤੇ ਬਹੁਤ ਕਾਵਕ ਮੁਹਾਂਦਰੇ ਚ, ਕਾਵਕ ਮੁਹਾਵਰੇ ਚ ਪੇਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਛੱਤਾਂ, ਛੱਤ ਦਾ ਮੈਟਾਫਰ ਵੀ ਸਾਡੇ ਲਈ ਬੜਾ ਪੋਜ਼ਿਟਿਵ ਰਿਹਾ ਹੁਣ ਤੱਕ, ਛੱਤ ਸਾਨੂੰ ਆਸਰਾ ਦਿੰਦੀ ਹੈ, ਪਰ ਜਦੋਂ ਛੱਤ ਸ਼ਿਵ ਕੁਮਾਰ ਦੇ ਵਿੱਚ ਆ ਕੇ ਡੀਕੋਡ ਹੁੰਦੀ ਹੈ ਤਾਂ ਉਹ ਕਹਿੰਦਾ ਕਿ ਛੱਤਾਂ ਜਾਰੋ ਛੱਤਾਂ ਮੈਂ ਕੀਕਣ ਸਿਰ ਤੇ ਚੱਕਾਂ, ਛੱਤਾਂ ਉੱਪਰ ਜਾਲੇ ਲਟਕਣ ਕਿੰਜ ਅੱਖਾਂ ਤੇ ਰੱਖਾਂ, ਛੱਤਾਂ ਮੇਰਾ ਰਸਤਾ ਰੋਕਣ ਕਿੰਜ ਅੰਬਰ ਨੂੰ ਤੱਕਾਂ, ਛੱਤਾਂ ਘਰ ਵਿੱਚ ਹਨੇਰਾ ਕੀਤਾ ਕਿੰਜ ਲੋਕਾਂ ਨੂੰ ਦੱਸਾਂ, ਛੱਤਾਂ ਜੋ ਮੇਰੇ ਸਿਰ ਤੇ ਡਿੱਗਣ ਤਾਂ ਮੈਂ ਰੱਜ ਕੇ ਹੱਸਾਂ, ਛੱਤਾਂ ਜੇ ਨਾ ਸਿਰ ਤੇ ਹੋਵਣ ਮੈਂ ਅੰਬਰ ਵਿੱਚ ਨੱਚਾਂ, ਦਿਲ ਕਰਦਾ ਏ ਛੱਤਾਂ ਪੀਵਾਂ, ਦਿਲ ਕਰਦਾ ਏ ਕੱਤਾਂ, ਦਿਲ ਕਰਦਾ ਏ ਛੱਤਾਂ ਛਾਣਾ, ਦਿਲ ਕਰਦਾ ਏ ਛੱਟਾਂ, ਛੱਤਾਂ 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 ਮੈਂ ਜਾਲੇ ਕੀਕਣ ਚੱਟਾਂ। ਇਹ ਛੱਤਾਂ ਦੇ ਮੈਟਾਫਰ ਨੂੰ ਇਸ ਕਦਰ ਉਲਟਾਉਣਾ ਤੇ ਉਹਦੇ ਵਿੱਚੋਂ ਇੱਕ ਨਵੇਂ ਅਰਥਾਂ ਦਾ ਇੱਕ ਪੂਰੇ ਦਾ ਪੂਰਾ ਸੰਦਰਭ ਸਾਡੇ ਸਾਹਮਣੇ ਲੈ ਕੇ ਆਉਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੇ ਅਖੀਰ ਤੇ ਬਿਲਕੁਲ ਉਹਦੀ ਇੱਕ ਗਦਾਰ ਕਵਿਤਾ ਕਦੇ ਜ਼ਰੂਰ ਪੜ੍ਹਿਓ, ਜਿਹੜੀ ਬਿਲਕੁਲ ਵੱਖਰੇ ਮੁਹਾਂਦਰੇ ਦੀ ਕਵਿਤਾ ਹੈ, ਬਿਲਕੁਲ ਵੱਖਰੇ ਰੰਗ ਦੀ ਕਵਿਤਾ ਹੈ। ਜਦੋਂ ਸ਼ਾਇਰ ਦਰਬਾਰੀ ਹੋ ਜਾਂਦਾ ਹੈ ਤਾਂ ਉਹਦੀ ਕਵਿਤਾ ਕਿਸ ਤਰ੍ਹਾਂ ਹੋ ਜਾਂਦੀ ਹੈ, ਤੇ ਜਦੋਂ ਸ਼ਾਇਰ ਆਵਾਮ ਦੇ ਦੁੱਖਾਂ ਨੂੰ ਲਿਖਦਾ ਹੈ ਤਾਂ ਉਹਦੀ ਕਵਿਤਾ ਕਿਸ ਤਰ੍ਹਾਂ ਹੋ ਜਾਂਦੀ ਹੈ, ਇਹ ਉਹਦੀ ਗਦਾਰ ਕਵਿਤਾ ਦੇ ਵਿੱਚ ਸਾਹਮਣੇ ਆਉਂਦਾ ਹੈ। ਇੱਕ ਥਾਂ ਤੇ ਉਹ ਲਿਖਦਾ, ਇਸ ਕਵਿਤਾ ਦੀ ਲੰਬੀ ਕਵਿਤਾ, ਮੈਂ ਉਹਦਾ ਇੱਕ ਸਟੈਂਜਾ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਉਹ ਕਹਿੰਦਾ ਕਿ ਫਿਰ ਉਹਦੀ ਕਲਮ ਵਿੱਚ ਗੀਤਾਂ ਦੇ ਬੂਟੇ ਉੱਗ ਪਏ, ਜੋ ਸ਼ੋਰਤਾਂ ਦੇ ਮੋਢਿਆਂ ਤੇ ਬੈਠ ਘਰ ਘਰ ਪੁੱਜ ਗਏ। ਇੱਕ ਦਿਨ ਉਹਦਾ ਕੋਈ ਗੀਤ ਇੱਕ ਰਾਜ ਦਰਬਾਰੇ ਗਿਆ, ਉਸ ਮੁਲਕ ਦੇ ਬਾਦਸ਼ਾਹ ਨੇ ਉਸ ਨੂੰ ਵਾਰ ਵਾਰ ਕਿਹਾ, ਤੇ ਸਾਰਿਆਂ ਗੀਤਾਂ ਦਾ ਮਿਲ ਕੇ 5 ਮੋਹਰਾਂ ਮੁੱਲ ਪਿਆ।
ਹੁਣ ਬਾਦਸ਼ਾਹ ਇਹ ਸਮਝਦਾ ਕਿ ਇਹ ਗੀਤ ਸ਼ਾਹੀ ਗੀਤ ਹੈ ਤੇ ਰਾਜ ਘਰ ਦਾ ਮੀਤ ਹੈ ਤੇ ਪੰਜ ਮੋਹਰਾਂ ਲੈਣ ਪਿੱਛੋਂ ਲਹੂ ਇਸ ਦਾ ਸੀਤ ਹੈ। ਪਰ ਇੱਕ ਦਿਨ ਉਸ ਰਾਜਪਥ ਤੇ ਇੱਕ ਨਾਰਾ ਵੇਖਿਆ ਤੇ ਸੱਚ ਉਸ ਦਾ ਸਿੱਕਿਆ, ਉਸ ਮਾਂ ਨੂੰ ਰੋਂਦਾ ਵੇਖਿਆ ਤੇ ਬਾਪ ਰੋਂਦਾ ਵੇਖਿਆ ਤੇ ਬਾਦਸ਼ਾਹ ਨੂੰ ਉਸ ਪਿੱਛੋਂ ਗੀਤ ਨਾ ਕੋਈ ਵੇਚਿਆ ਤੇ ਪਿੰਡ ਦੀਆਂ ਸਭ ਮੈਲੀਆਂ ਝੁੱਗੀਆਂ ਨੂੰ ਮੱਥਾ ਟੇਕਿਆ। ਹੁਣ ਉਹਦੇ ਮੱਥੇ 'ਚ ਤਲਵਾਰਾਂ ਦਾ ਜੰਗਲ ਉੱਗ ਪਿਆ, ਉਹ ਸੀਸ ਤਲੀ ਤੇ ਰੱਖ ਕੇ ਰਾਜ ਘਰਾਂ ਵੱਲ ਤੁਰ ਪਿਆ। ਹੁਣ ਬਾਦਸ਼ਾਹ ਨੇ ਆਖਿਆ ਇਹ ਗੀਤ ਨਹੀਂ ਗੱਦਾਰ ਹੈ, ਤੇ ਬਾਦਸ਼ਾਹ ਦੇ ਪਿੱਠੂਆਂ ਨੇ ਆਖਿਆ ਬਦਕਾਰ ਹੈ ਤੇ ਉਸਦੇ ਪਿੱਛੋਂ ਮੈਂ ਸੁਣਿਆ ਬਾਦਸ਼ਾਹ ਬਿਮਾਰ ਹੈ। ਪਰ ਬਾਦਸ਼ਾਹ ਦਾ ਯਾਰ ਹੁਣ ਲੋਕਾਂ ਦਾ ਕਹਿੰਦੇ ਯਾਰ ਹੈ, ਇਹ ਮੈਨੂੰ ਪਤਾ ਨਹੀਂ ਇਹ ਕਹਾਣੀ ਕਿਸ ਦੀ ਹੈ, ਪਰ ਖੂਬਸੂਰਤ ਬੜੀ ਹੈ ਚਾਹੇ ਕਹਾਣੀ ਜਿਸ ਦੀ ਹੈ। ਵਾਹ, ਤੋ ਇੱਕ ਗੀਤ ਦਾ ਕੀ ਫਰਜ਼ ਹੋਣਾ ਚਾਹੀਦਾ ਹੈ, ਇੱਕ ਸ਼ਾਇਰ ਦਾ ਕੀ ਫਰਜ਼ ਹੋਣਾ ਚਾਹੀਦਾ ਹੈ, ਗੀਤ ਨੂੰ ਕਿੰਨਾ ਦਾ ਹੋਣਾ ਚਾਹੀਦਾ ਹੈ ਤੇ ਗੀਤ ਨੂੰ ਕਿਹਦੀ ਜ਼ੁਬਾਨ ਬਣਨਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਗਦਾਰ ਕਵਿਤਾ ਤੋਂ ਖੂਬਸੂਰਤ ਕਵਿਤਾ ਨਹੀਂ ਹੋ ਸਕਦੀ ਇਹ ਗੱਲ ਕਹਿਣ ਲਈ। ਇਸੇ ਕਰਕੇ ਉਹ ਕਹਿੰਦਾ ਕਿ ਜਦੋਂ ਆਰਤੀ ਕਵਿਤਾ ਲਿਖਦਾ ਹੈ ਕਿ ਮੇਰਾ ਕੋਈ ਗੀਤ, ਗੁਰੂ ਗੋਬਿੰਦ ਸਿੰਘ ਨੂੰ ਐਡਰੈਸ ਕਰਕੇ ਕਹਿ ਰਿਹਾ ਕਿ ਮੇਰਾ ਕੋਈ ਗੀਤ ਤੇਰੇ ਹਾਣ ਦਾ ਨਹੀਂ। ਸੋ ਜਦੋਂ ਅਸੀਂ ਸ਼ਿਵ ਕੁਮਾਰ ਦੀ ਇਸ ਆਫ ਬੀਟ ਸ਼ਾਇਰੀ ਦੇ ਬਹੁਤ ਸਾਰੇ ਰੰਗਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਸ਼ਿਵ ਕੁਮਾਰ ਨੂੰ ਤੁਸੀਂ ਕਿਸੇ ਇੱਕ ਦਾਇਰੇ 'ਚ ਨਹੀਂ ਬੰਨ ਸਕਦੇ, ਉਸ ਨੂੰ ਲੀਕਾਂ 'ਚ ਨਹੀਂ ਬੰਨ ਸਕਦੇ। ਬਿਟਵੀਨ ਦਾ ਲਾਈਨ ਜੇ ਤੁਸੀਂ ਪੜੋਗੇ ਤੁਹਾਨੂੰ ਸ਼ਿਵ ਦੀ ਕਵਿਤਾ ਦੇ ਹੋਰ ਨਵੇਂ ਅਰਥ ਸਮਝ ਆਉਣਗੇ। ਤੇ ਮੈਂ ਉਮੀਦ ਕਰਦਾ ਕਿ ਜਦੋਂ ਅਸੀਂ ਸ਼ਿਵ ਵਰਗੇ ਸ਼ਾਇਰਾਂ ਨੂੰ ਯਾਦ ਕਰਦੇ ਹਾਂ, ਉਹਦੀਆਂ ਬਰਸੀਆਂ ਮਨਾਉਂਦੇ ਹਾਂ, ਤਾਂ ਸਾਨੂੰ ਸ਼ਿਵ ਨੂੰ ਦੁਬਾਰਾ ਪੜ੍ਹਨਾ ਚਾਹੀਦਾ ਹੈ ਤੇ ਉਹਨਾਂ ਦੀਆਂ ਉਹਨਾਂ ਕਵਿਤਾਵਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਜਿਹੜੀਆਂ ਕਵਿਤਾਵਾਂ ਅਕਸਰ ਅਸੀਂ ਨਹੀਂ ਪੜ੍ਹਦੇ ਹੈਗੇ। ਆਮ ਤੌਰ ਤੇ 10-15 ਕਵਿਤਾਵਾਂ ਨੇ ਜਿਹੜੀਆਂ ਸਿਲੇਬਸਾਂ 'ਚ ਲੱਗੀਆਂ ਹੁੰਦੀਆਂ ਨੇ, ਜ਼ਿਆਦਾਤਰ ਅਸੀਂ ਉਹਨਾਂ ਕਵਿਤਾਵਾਂ ਨੂੰ ਪੜ੍ਹਦੇ ਹਾਂ ਜਾਂ ਉਹਨਾਂ ਕਵਿਤਾਵਾਂ ਨੂੰ ਪੜ੍ਹਦੇ ਹਾਂ ਜਿਹੜੀਆਂ ਮਹਿਫਲਾਂ ਦੇ ਵਿੱਚ ਜਦੋਂ ਅਸੀਂ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਜਦੋਂ ਇਹੋ ਜਿਹੀਆਂ ਕਵਿਤਾਵਾਂ ਪੜ੍ਹਦੇ ਹਾਂ ਤਾਂ ਸਾਨੂੰ ਉਹਦੇ ਹੋਰ ਤਰ੍ਹਾਂ ਦੇ ਰੰਗ ਸਾਹਮਣੇ ਆਉਂਦੇ ਨੇ। ਪਰ ਜਦੋਂ ਸ਼ਿਵ ਨੂੰ ਤੁਸੀਂ ਇਹਨਾਂ ਕਵਿਤਾਵਾਂ ਦੇ ਹਵਾਲੇ ਨਾਲ ਪੜੋਗੇ ਤਾਂ ਤੁਹਾਨੂੰ ਲੱਗੂਗਾ ਕਿ ਸ਼ਿਵ ਉਸ ਦੌਰ ਦੇ ਉਹਨਾਂ ਲੋਕਾਂ ਦੇ, ਉਸ ਆਵਾਮ ਦੇ ਦਰਦਾਂ ਦੀ ਜ਼ੁਬਾਨ ਵੀ ਬਣਦਾ ਹੈ ਜਿਹੜੇ ਆਵਾਮ ਦੀ ਜ਼ੁਬਾਨ ਪਾਸ਼ ਵਰਗੇ ਸ਼ਾਇਰ ਬਣਦੇ ਨੇ ਜਾਂ ਹੋਰ ਵੱਡੇ ਸ਼ਾਇਰ ਬਣਦੇ ਨੇ। ਸੋ ਸ਼ਿਵ ਦੀ ਕਵਿਤਾ ਦਾ ਇਹ ਰੰਗ ਜਿਹੜਾ ਹੈਗਾ ਹੈ ਉਹ ਬਾਕਮਾਲ ਹੈ, ਬਹੁਤ ਖੂਬਸੂਰਤ ਹੈ ਤੇ ਮੈਂ ਸ਼ਿਵ ਨੂੰ ਅੱਜ ਇਸ ਆਫਬੀਟ ਸ਼ਾਇਰੀ ਰਾਹੀਂ ਯਾਦ ਕਰਦਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਬਹੁਤ ਦੀਪ ਜੀ, ਅਸੀਂ ਤੇ ਤੁਹਾਡੇ ਸ਼ਬਦਾਂ ਵਿੱਚ ਖੋ ਹੀ ਗਏ। ਬਹੁਤ ਬਖੂਬੀ ਤੁਸੀਂ ਸ਼ਿਵ ਦੀ ਕਵਿਤਾ ਦੇ ਹਰ ਪੱਖ ਨੂੰ ਛੂਹਿਆ। ਬਿਰਹਾ ਦਾ ਕਵੀ, ਮੁਹੱਬਤ ਦਾ ਕਵੀ, ਨਿੱਜੀ ਦਰਦ ਦਾ, ਵਿਛੋੜੇ ਦਾ, ਕਿਵੇਂ ਲੋਕਾਂ ਦੀ ਪੀੜ ਨੂੰ ਆਪਣੀ ਪੀੜ ਬਣਾਇਆ, ਕੁਦਰਤ ਦੀ ਤਾਰੀਫ ਕੀਤੀ, ਪਰਮਾਤਮਾ ਦੀ ਉਸਤਤ ਚ ਆਰਤੀ ਗਾਈ, ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਉਹਦੇ ਨਿਵੇਕਲੇ ਬਿੰਬ ਅਲੰਕਾਰਾਂ ਨੂੰ ਸਾਰਾ ਸ਼ੇਰ ਬਖੂਬੀ ਵਗੈਰਾ। ਬਹੁਤ ਵਧੀਆ, ਬਹੁਤ ਵਧੀਆ ਡਾਕਟਰ ਦੀਪ ਜੀ, ਬਹੁਤ ਸ਼ੁਕਰੀਆ। ਬਹੁਤ ਕਿ ਜਿਸ ਛੇ ਤਰ੍ਹਾਂ ਵਜੇ ਦੀਪ ਸੀ ਮੈਂ ਜੀ ਨੇ ਲੇਖ ਦੱਸਿਆ ਕਿ ਹਰ ਇੱਕ ਉਹਦੀ ਕਵਿਤਾ ਸਾਨੂੰ ਮਤਲਬ ਪੜ੍ਹਨੀ ਚਾਹੀਦੀ ਹੈ, ਤੇ ਸ਼ਿਵ ਨੇ, ਇਹ ਰਹੀ ਜ਼ਰੂਰੀ ਨਹੀਂ ਕਿ ਮੁਹੱਬਤ ਦੇ ਦਰਦ ਵਿਛੋੜੇ ਦੇ ਗੀਤ ਹੀ ਗਾਏ ਨੇ, ਉਹਨੇ ਆਪਣੇ ਕਵਿਤਾ 'ਚ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਵੀ ਬਿਆਨਿਆ ਸੀ ਕਿ ਸ਼ਾਲਾ ਉਸ ਗਿਰਾਂ ਦੇ ਸੱਬੇ ਹੋ ਜਾਣ ਬੁਰਦ ਮਰੱਬੇ, ਜਿਸ ਗਿਰਾਂ 'ਚੋਂ ਜ਼ਿੰਦਗੀ ਨਾਲੋਂ ਮੱਡਲ ਮਹਿੰਦੀ ਲੱਗਦੀ। ਬਿਲਕੁਲ ਮਤਲਬ ਕਿ ਉਹਨੇ ਹਰ ਇੱਕ ਚੀਜ਼ ਨੂੰ, ਜੇ ਉਹ ਪਿਆਰ ਦਾ ਕਵੀ ਸੀ, ਉਸ ਦਾ ਮਸਲਾ ਮੁਟਿਆਰ ਦੇ ਦਰਦ ਨਾਲ ਹੁੰਦਾ, ਤੇ ਉਹ ਇੱਛਰਾਂ ਦਾ ਦਰਦ ਵੀ ਉਹਨੇ ਲਿਖਿਆ ਹੈ। ਸੋ ਸਲਾਮ ਹੈ ਸ਼ਿਵ ਨੂੰ, ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਸ਼ਹਿਰ 'ਚੋਂ ਹਾਂ ਜਿਸ ਸ਼ਹਿਰ ਦਾ ਸਿਤਾਰਾ ਜੋ ਸੀ, ਸਾਹਿਤ ਜਗਤ ਦਾ ਇੱਕ ਸਿਤਾਰਾ ਸੀ। ਸੋ ਅਰਪਿੰਦਰ ਸੰਧੂ ਜੀ ਕਿਸੇ ਕਾਰਨ ਮੇਰਾ ਖਿਆਲ ਸਾਡੇ ਨਾਲ ਜੁੜੇ ਨਹੀਂ ਹੈ। ਜੀ।
ਜੀ ਚਲੋ, ਅਸੀਂ ਹੁਣ ਸੁਣਦੇ ਹਾਂ, ਸਾਡੇ ਨਾਲ ਨੇ ਰਮਾ ਸੇਖੋਂ ਜੀ, ਜੋ ਆਸਟ੍ਰੇਲੀਆ ਤੋਂ ਨੇ, ਬਹੁਤ ਖੂਬਸੂਰਤ ਸ਼ਾਇਰਾ ਨੇ, ਬਹੁਤ ਖੂਬਸੂਰਤ ਲਿਖਦੇ ਨੇ, ਔਰ ਇਸ ਤੋਂ ਵੀ ਉੱਪਰ ਇਹ ਬਹੁਤ ਵਧੀਆ ਇੱਕ ਰੰਗਮੰਚ ਦੇ ਕਲਾਕਾਰ ਨੇ। ਇਹਨਾਂ ਨੇ ਵੀ ਲੂਣਾ ਨਾਟਕ ਬਹੁਤ ਸਮੇਂ ਪਹਿਲੇ ਖੇਡਿਆ ਸੀ, ਤੇ ਹੁਣ ਇਹਨਾਂ ਨੇ ਮਹਾਰਾਣੀ ਜਿੰਦਾਂ ਦਾ ਰੋਲ ਕੀਤਾ ਇੱਕ, ਇਸ ਨਾਲ ਮਹਾਰਾਣੀ ਜਿੰਦਾਂ ਨਾਟਕ ਚ ਬਹੁਤ ਜ਼ਿਆਦਾ ਮਕਬੂਲ ਹੈ, ਸਾਡੇ ਸਪੈਸ਼ਲ ਆਸਟ੍ਰੇਲੀਆ ਤੋਂ ਇਸ ਨਾਟਕ ਲਈ ਆਏ ਨੇ। ਸੋ ਆਪ ਜੀ ਦਾ, ਰਮਾ ਜੀ, ਬਹੁਤ ਸਵਾਗਤ ਹੈ। ਆਪ ਕੋਈ ਰਚਨਾ ਦੀ ਸਾਂਝ ਸਾਡੇ ਨਾਲ ਪਾਓ ਜੀ, ਰਮਾ ਸੇਖੋਂ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਸ਼ੁਕਰਗੁਜ਼ਾਰ ਹਾਂ ਪੰਜਾਬ ਸਾਹਿਤ ਅਕੈਡਮੀ ਦੀ, ਜਿਹੜੇ ਇੰਨਾ ਸੋਹਣਾ ਉਪਰਾਲਾ ਕਰ ਰਹੇ ਨੇ। ਤੇ ਮੇਰੀ ਆਵਾਜ਼ ਪਿੰਦਰ ਜੀ ਆ ਰਹੀ ਹੈ ਠੀਕ? ਬਿਲਕੁਲ 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 ਠੀਕ ਆ ਬਿਲਕੁਲ ਰਹੀ ਠੀਕ। ਰਮਾ ਜੀ, ਬਿਲਕੁਲ ਠੀਕ। ਤੇ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਜੀ ਕੁਲਦੀਪ ਦੀ, ਉਹਨਾਂ ਨੇ ਇੰਨੀ ਖੂਬਸੂਰਤੀ ਦੇ ਨਾਲ ਸ਼ਿਵ ਬਾਰੇ, ਉਹਨਾਂ ਦੀਆਂ ਰਚਨਾਵਾਂ ਬਾਰੇ ਜਿਹੜਾ ਬਿਆਨ ਕੀਤਾ, ਜਦੋਂ ਇਹ ਬੋਲਦੇ ਨੇ ਤਾਂ ਲੱਗਦਾ ਕਿ ਬਸ ਸੁਣੀ ਜਾਓ ਹੁਣ ਤੇ ਬਾਕੀ ਗਮ ਪਿੱਛੇ ਛੱਡ ਦੋ ਸਾਰੇ। ਜੀ ਜੀ, ਡਾਕਟਰ ਰਜ਼ਾ, ਉਹਨਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਸ਼ਿਵ ਹੁਣਾਂ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ਾਇਰੀ ਬਾਰੇ ਬੜੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ। ਤੇ ਯਕੀਨਨ ਮੈਨੂੰ ਵੀ ਇੰਝ ਮਹਿਸੂਸ ਹੁੰਦਾ ਹੈ ਕਿ ਦੋਹਰੇ ਜੰਮ ਕੇ ਵੀ ਕੋਈ ਸ਼ਿਵ ਨਹੀਂ ਬਣ ਸਕਦਾ, ਮਤਲਬ ਆਪਣੇ ਨਵੇਕਲੇ ਰੰਗ ਦੇ ਵਿੱਚ ਕਵੀ ਆਉਣਗੇ, ਪਰ ਸ਼ਿਵ ਜਿਹੜਾ ਉਹ ਸ਼ਿਵ ਹੀ ਸੀਗਾ, ਉਹੋ ਜਿਹਾ ਕੋਈ ਵੀ ਨਹੀਂ ਹੈ। ਤੇ ਮੈਨੂੰ ਲੱਗਦਾ ਕਿ ਸਾਡੀ ਖੁਸ਼ਕਿਸਮਤੀ, ਮੈਂ ਇਸ ਚੀਜ਼ ਨੂੰ ਸਮਝਦੀ ਹਾਂ ਕਿ ਅਸੀਂ ਉਸ ਮਿੱਟੀ ਦੇ ਜੰਮਪਲ ਹਾਂ। ਇਸ ਚੀਜ਼ ਤੇ ਰਸ਼ ਹੁੰਦਾ ਹੈ ਕਿ ਮੈਂ ਵੀ ਬਟਾਲੇ ਦੀ ਜੰਮਪਲ ਹਾਂ, ਕਿਆ ਬਾਤ, ਤੇ ਮਤਲਬ ਉਸ ਮਿੱਟੀ ਦੇ ਜੰਮਪਲ ਹਾਂ ਜਿਸ ਦੀਆਂ ਹਵਾਵਾਂ ਦੇ ਵਿੱਚ ਸ਼ਿਵ ਦੀਆਂ ਲਿਖਤਾਂ ਰੁਮਕਦੀਆਂ ਰਹੀਆਂ ਨੇ। ਸੋ ਉਸ ਹਵਾ ਦਾ ਇੰਨਾ ਹੀ ਅਸਰ ਮੈਨੂੰ ਲੱਗਦਾ ਹੈ ਕਿ ਸਹੀ ਹੈ ਕਿ ਅਸੀਂ ਕਲਮ ਫੜਨੀ ਜਿਹੜੀ ਹੈ ਉਹ ਸਿੱਖ ਲਈ ਹੈ। ਸੋ ਅੱਜ ਇੱਕ ਸ਼ਿਵ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਤੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿ ਦੇਣਾ ਚਾਹੁੰਦੀ ਹਾਂ ਕਿ ਮੈਂ ਕੋਈ ਸਿੰਗਰ ਨਹੀਂ ਹੈਗੀ। ਮੈਨੂੰ ਜੇ ਸੰਗੀਤ ਦਾ ਉੜਾੜਾ ਵੀ ਨਹੀਂ ਆਉਂਦਾ, ਬਟ ਹਾਂ ਆਪਣੀ ਰੂਹਾਨੀਅਤ ਵਾਸਤੇ, ਆਪਣੀ ਖੁਸ਼ੀ ਵਾਸਤੇ ਬੰਦਾ ਹਰ ਕੋਈ ਗੁਣਗੁਣਾਉਂਦਾ ਹੈ। ਸੋ ਸ਼ਿਵ ਐਸਾ ਸ਼ਾਇਰ ਹੈ ਕਿ ਉਹਨੂੰ ਗੁਣਗੁਣਾਉਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ। ਸੋ ਸ਼ਿਵ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਇੱਥੇ ਬੜੇ ਅੱਛੇ ਸੰਗੀਤ ਨੂੰ ਸਮਝਣ ਵਾਲੇ ਲੋਕ ਵੀ ਬੈਠੇ ਨੇ, ਸੋ ਉਨ ਤਾਈਆਂ ਨੂੰ ਪਰੇ ਕਰ ਦੇਣਾ ਤੇ ਉਹਦੇ ਭਾਵਾਂ ਨੂੰ ਪਲੀਜ਼ ਸਮਝਣਾ ਤੁਸੀਂ। ਜੀ ਜੀ ਇਰਸ਼ਾਦ। ਉਮਰਾਂ ਦੇ ਸਰਵਰ ਸਾਹਾਂ ਦੇ ਪਾਣੀ, ਗੀਤਾਂ ਦੇ ਚੁੰਝ ਪਰੀ, ਗੀਤਾਂ ਦੇ ਚੁੰਝ ਪਰੀ, ਪੜ ਕੇ ਨਾ ਰਹਿਣੇ ਪੀੜਾਂ ਦੇ ਚਾਨਣ, ਹਾਵਾਂ ਦੇ ਹੰਸ ਸਰੀ, ਗੀਤਾ ਵਿੱਚ ਚੁੰਝ ਪਰੀ, ਗੀਤਾ ਵੇ ਸਰਵਰ ਚਲੀਏ, ਪਲ ਛੇੜ ਪਰ ਸੁੱਕ ਜਾਂਦੇ, ਸਾਵਾਂ ਦੇ ਪਾਣੀ ਪੀਲੇ ਅੜਿਆ, ਅਣਛਾਇਆ ਫਿੱਟ ਜਾਂਦੇ, ਪੜ ਕੇ ਨਾ ਸਾਨੂੰ
ਸਈ ਵੇ ਉਲੰਬੜਾ ਪੜ ਕੇ ਨਾ ਰੋਸ ਕਰੀ ਗੀਤਾ ਵਿੱਚ ਉਂਝ ਪਰੀ ਹਾਵਾ ਦੇ ਹੰਸ ਸੁਣੀਂਦੇ ਲੋਬੀ ਦਿਲ ਮਰਦਾ ਤਾਂ ਗਾਉਂਦੇ ਏ ਬਿਰ ਹੋਰੁੱਤ ਹੰਝੂ ਚੁਗਦੇ ਤੇ ਉੱਡ ਜਾਂਦੇ ਐਸੇ ਉੱਡਦੇ ਮਾਰ ਉਡਾਰੀ ਮੁੜ ਨਾ ਆਣ ਕਰੀ ਗੀਤਾ ਵਿੱਚ ਉਂਝ ਪਰੀ ਗੀਤਾ ਵਿੱਚ ਉਂਝ ਪਰੇ ਤਾਂ ਤੇਰੀ ਸੋਨੇ ਚੁੰਝ ਮੜਾਵਾਂ ਮੈਂ ਚੰਦਰੀ ਤੇਰੀ ਬਰਦੀ ਥੀਵਾ ਨਾਲ ਥੀ ਵੇ ਪਰਛਾਵਾਂ ਹਾੜਾਈ ਵੇ ਨਾ ਤੂੰ ਤਿਰਹਾਇਆ ਮੇਰੇ ਵਾਂਗ ਮਰੀ ਗੀਤਾ ਵਿੱਚ ਉਂਝ ਪਰੀ ਉਮਰਾਂ ਦੇ ਸਰਵਰ ਸਾਹਾਂ ਦੇ ਪਾਣੀ ਗੀਤਾ ਵਿੱਚ ਉਂਝ ਪਰੀ ਗੀਤਾ ਵਿੱਚ ਉਂਝ ਪਰੀ ਗੀਤਾ ਵਿੱਚ ਉਂਝ ਪਰੀ ਗੀਤਾ ਵਿੱਚ ਉਂਝ ਪਰੀ ਬਹੁਤ ਬਹੁਤ ਸ਼ੁਕਰੀਆ ਜੀ ਐਂਡ ਸਾਡੇ ਇਸ ਗਾਇਕੀ ਦੇ ਥੰਮ ਨੇ ਰਿੰਟੂ ਭਾਟੀਆ ਜੀ ਜਿਨ੍ਹਾਂ ਨੂੰ ਕਿ ਕੈਨੇਡਾ ਦੀ ਕੋਇਲ ਕਿਹਾ ਜਾਂਦਾ ਹੈ ਸਾਰੇ ਹੀ ਆਫਲਾਈਨ ਤੇ ਆਨਲਾਈਨ ਸੰਗੀਤ ਪ੍ਰੋਗਰਾਮਾਂ ਚ ਮੁਸ਼ਾਇਰਿਆਂ ਦੀ ਸ਼ਾਨ ਨੇ ਸੋ ਅੱਜ ਅਸੀਂ ਇਹਨਾਂ ਦੀ ਸੁਰੀਲੀ ਆਵਾਜ਼ ਨੂੰ ਸੁਣਾਂਗੇ ਜੀ ਰਿੰਟੂ ਭਾਟੀਆ ਜੀ ਬਹੁਤ ਸ਼ੁਕਰੀਆ ਡਾਕਟਰ ਸੁੰਦਰ ਕਾਲੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਜੀ ਦਾ ਬਹੁਤ ਸ਼ੁਕਰੀਆ ਪੰਜਾਬ ਸਾਹਿਤ ਅਕੈਡਮੀ ਦੇ ਇਸ ਉਪਰਾਲੇ ਦਾ ਬਹੁਤ ਸ਼ੁਕਰੀਆ ਤੇ ਵਾਕਿਆ ਰਮਾ ਜੀ ਨੇ ਵੀ ਕਿਹਾ ਤੇ ਮੈਂ ਵੀ ਇਹੀ ਕਹਾਂਗੀ ਕਿ ਡਾਕਟਰ ਰਜ਼ਾਕ ਨੇ ਜੋ ਕਿਹਾ ਕਿ ਦੁਬਾਰਾ ਸ਼ਿਵ ਉਹ ਪੈਦਾ ਹੀ ਨਹੀਂ ਹੋ ਸਕਿਆ ਕੋਈ ਵੀ ਔਰ ਡਾਕਟਰ ਕੁਲਦੀਪ ਜਦੋਂ ਬੋਲਦੇ ਆ ਸੱਚੀ ਗੱਲ ਹੈ ਕਿ ਜਦੋਂ ਉਹ ਬੋਲਦੇ ਆ ਨਾ ਤੇ ਦਿਲ ਕਰਦਾ ਹੈ ਕਿ ਬਸ ਉਹ ਬੋਲੀ ਜਾਣ ਤੇ ਅਸੀਂ ਸੁਣੀ ਜਾਈਏ ਤੇ ਸਾਡੇ ਅੰਦਰ ਤੱਕ ਜਿਹੜਾ ਨਾ ਉਹ ਕੁਛ ਨਾ ਕੁਛ ਜਾਂਦਾ ਤੇ ਮੈਂ ਅੱਜ ਹੀ ਸਵੇਰੇ ਪੜਿਆ ਕਹਿੰਦੇ ਨੇ ਯਾਰ ਸ਼ਿਵ ਨੂੰ ਮੁੱਦਤ ਹੋਈ ਮੋਇਆ ਕਹਿੰਦੇ ਨੇ ਯਾਰ ਸ਼ਿਵ ਨੂੰ ਮੁੱਦਤ ਹੋਈ ਮੋਇਆ ਪਰ ਰੋਜ਼ ਆ ਕੇ ਮਿਲਦਾ ਅੱਜ ਤੱਕ ਉਸਦਾ ਸਾਇਆ
ਸੱਚੀ ਅਸੀਂ ਕਾਲਜ ਸਕੂਲ 'ਚ ਪੜ੍ਹਦੇ ਸੀ, ਸਾਨੂੰ ਮਤਲਬ ਵੀ ਨਹੀਂ ਸੀ ਪਤਾ ਕਿ ਸ਼ਾਇਰੀ ਕੀ ਚੀਜ਼ ਹੁੰਦੀ ਹੈ, ਤੇ ਅਸੀਂ ਸ਼ਿਵ ਨੂੰ ਯਾਦ ਕਰਦੇ ਸੀ, ਸ਼ਿਵ ਦੇ ਗੀਤ ਆਉਂਦੇ ਸੀ ਰੇਡੀਓ ਤੋਂ ਸੁਣੀਦੇ ਸੀ ਕਾਲਜ ਦੇ ਵਿੱਚ ਆਪਣੇ, ਕੋਈ ਨਾ ਕੋਈ ਫੰਕਸ਼ਨ ਹੋਣਾ ਤੇ ਕੋਈ ਨਾ ਕੋਈ ਗਜ਼ਲ ਜਿਹੜੀ ਹੈ, ਮੇਰੀ ਸਭ ਤੋਂ ਪਹਿਲੀ ਗਜ਼ਲ ਜਿਹੜੀ ਸੀ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਮੈਨੂੰ ਮੈਨੂੰ ਕੁਛ ਨਹੀਂ ਸੀ ਪਤਾ ਉਹਦੇ ਬਾਰੇ ਦੇ ਵਿੱਚ, ਬਟ ਮੈਂ ਉਹਨੂੰ ਨਾ ਗਾਉਂਦੀ ਸੀ ਤੇ ਮੈਨੂੰ ਚੰਗਾ ਲੱਗਦਾ ਸੀਗਾ ਕਿ ਉਸ ਚੀਜ਼ ਨੂੰ ਰਿਪੀਟ ਕੀਤਾ ਜਾਏ, ਬਾਰ ਬਾਰ ਉਹਨੂੰ ਗਾਇਆ ਜਾਏ। ਤੇ ਤੁਸੀਂ ਬਹੁਤ ਜ਼ਿਆਦਾ ਸੁੰਦਰ ਜੀ ਮੇਰੇ ਬਾਰੇ ਕਿਹਾ, ਵੈਸੇ ਮੇਰਾ ਨਾ ਗਲਾ ਕਾਫੀ ਦਿਨਾਂ ਤੋਂ ਖਰਾਬ ਹੈ, ਸਾਰਿਆਂ ਨੂੰ ਪਤਾ ਹੋਏਗਾ ਕਿਉਂਕਿ ਬਾਕੀ ਪ੍ਰੋਗਰਾਮਸ ਦੇ ਵਿੱਚ ਵੀ ਤੁਹਾਨੂੰ ਪਤਾ ਹੈ, ਤੇ ਜੀ ਜੇ ਕੋਈ ਕੁਤਾਹੀ ਹੋ ਜਾਏ ਤੇ ਪਲੀਜ਼ ਮੈਨੂੰ ਮਾਫ ਕਰਿਓ, ਤੇ ਅੱਜ ਮੈਂ ਸ਼ਿਵ ਦੀ ਰਚਨਾ ਗਵਾਂ ਦੀ ਰਾਤ ਲੰਮੀ ਹੈ ਜਾਂ ਵਾਹ ਮੇਰੇ ਪਰੇਸ਼ਾਨ ਗੀਤ ਨੇ, ਮੈਂ ਉਹ ਕਰਨਾ ਜੀ ਸਾਰਾ। ਗਮਾ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ, ਗਮਾ ਦੀ ਰਾਤ ਲੰਮੀ ਲੰਮੀ ਏ ਹੈ ਜਾਂ ਜਾਂ ਮੇਰੇ ਮੇਰੇ ਗੀਤ ਲੰਮੇ ਨੇ, ਨਾ ਪੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ, ਗਮਾਂ ਦੀ ਰਾਤ ਲੰਮੀ ਏ, ਇਹ ਸਾਰੇ ਕਿੰਨੇ ਕੋ ਡੋਂਗੇ ਨੇ, ਕਿਸੇ ਨੇ ਹਾਥ ਨਾ ਪਾਈ, ਇਹ ਸਾਰੇ ਕਿੰਨੇ ਕੋ ਡੋਂਗੇ ਨੇ, ਕਿਸੇ ਨੇ ਹਾਥ ਨਾ ਪਾਈ, ਨਾ ਬਰਸਾਤਾਂ ਚ ਚੜਦੇ ਨੇ ਤੇ ਨਾ ਚ ਸੁੱਕਦੇ ਨੇ, ਨਾ ਪੈੜੀ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ, ਗਮਾਂ ਦੀ ਰਾਤ ਲੰਮੀ ਮੇਰੇ ਹੱਡ ਹੀ ਅਵੱਲੇ ਨੇ ਜੋ ਅਗਲਾਇਆ ਨਹੀਂ ਸੜਦੇ, ਮੇਰੇ ਹੱਡ ਹੀ ਅਵੱਲੇ ਨੇ ਜੋ ਅਗਲਾਇਆ ਨਹੀਂ ਸੜਦੇ, ਨਿਸੜਦੇ ਹਾਕਿਆਂ ਦੇ ਨਾਲ ਹਾਵਾਂ ਨਾਲ ਤੁਖਦੇ ਨੇ, ਨਾ ਪੈੜੀ ਰਾਤ ਮੁੱਕਦੀ ਮੁੱਕਦੀ ਏ
ਨਾ ਮੇਰੇ ਗੀਤ ਮੁੱਕਦੇ ਨੇ ਗਮਾਂ ਦੀ ਰਾਤ ਲੰਮੀ ਏ ਇਹ ਫੱਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾ ਹੋਵੇ ਇਹ ਹੱਥ ਲਾਇਆ ਵੀ ਦੁੱਖ ਦੇ ਨੇ ਮਲਮ ਲਾਇਆ ਵੀ ਦੁੱਖ ਦੇ ਨੇ ਨਾ ਪੈੜੀ ਰਾਤ ਮੁੱਕਦੀ ਨਾ ਮੇਰੇ ਗੀਤ ਮੁੱਕਦੇ ਨੇ ਗਮਾਂ ਦੀ ਰਾਤ ਲੰਮੀ ਗਮਾਂ ਦੀ ਰਾਤ ਲੰਮੀ ਬਹੁਤ ਸ਼ੁਕਰੀਆ ਬਹੁਤ ਬਹੁਤ ਖੂਬਸੂਰਤ, ਅੱਛੇ ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਬਹੁਤ ਵਧੀਆ, ਸਾਡੇ ਨਾਲ ਅਰਤਿੰਦਰ ਸੰਧੂ ਜੀ ਵੀ ਜੁੜ ਚੁੱਕੇ ਹਨ, ਅਸੀਂ ਉਹਨਾਂ ਨੂੰ ਵੀ ਹੁਣੇ ਸੁਣਦੇ ਹਾਂ। ਔਰ ਸਾਡੇ ਨਾਲ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਗੁਰਚਰਨ ਜੋਗੀ ਜੀ, ਭੁਪਿੰਦਰ ਜੀ, ਰਣਜੀਤ ਬਾਜਵਾ ਜੀ, ਰੁਪਿੰਦਰ ਜੀ, ਮਮਤਾ ਜੀ, ਸੁਖਵਿੰਦਰ ਜੀ, ਪੁਸ਼ਪਿੰਦਰ ਜੀ, ਔਰ ਕੈਨੇਡੀਅਨ ਸਾਹਿਤ ਸਭਾ ਦੇ ਮਲੁਕ ਸਿੰਘ ਕਾਲੋਂ ਜੀ ਕੈਨੇਡਾ ਤੋਂ ਜੁੜੇ ਹੋਏ ਹਨ। ਅਸੀਂ ਇਹਨਾਂ ਦੇ ਵੀ ਸਵਾਗਤ ਵੀ ਕਰਦੇ ਹਾਂ ਔਰ ਇਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ। ਤੇ ਹੁਣ ਸਾਡੇ ਨਾਲ ਨੇ ਗੁਰਮੇਲ ਕੌਰ ਸੰਘਾ ਜੀ, ਜੋ ਕਿ ਇੰਗਲੈਂਡ ਤੋਂ ਨੇ ਔਰ ਬੜੇ ਇੱਕ ਅਗਾਂਹਵਧੂ ਸੋਚ ਦੇ ਧਾਰਨੀ ਲੇਖਕ ਨੇ, ਗੀਤ ਲਿਖਦੇ ਨੇ, ਬਹੁਤ ਅੱਛਾ ਗਾਉਂਦੇ ਨੇ, ਬਹੁਤ ਸਾਰੇ ਗੀਤ ਇਹਨਾਂ ਦੇ ਹੁਣ ਤੱਕ ਰਿਕਾਰਡ ਹੋ ਚੁੱਕੇ ਨੇ। ਜੀ ਗੁਰਮੇਲ ਸੰਘਾ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਤਿਕਾਰਯੋਗ ਆਪਣੇ ਅਜੈਬ ਚੱਠਾ ਜੀ, ਭਾਜੀ ਸਤਿੰਦਰ ਭੈਣ ਜੀ, ਐਂਡ ਸਰਬਜੀਤ ਕੌਰ ਸੋਹਲ ਜੀ, ਤੇ ਆਪਣੇ ਰਜ਼ਾਕ ਸਾਹਿਬ, ਤੇ ਸਾਰੀ ਟੀਮ ਨੂੰ, ਸਾਰੇ ਕਵੀ ਤੇ ਗਾਇਕਾਵਾਂ ਗਾਇਕ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਫੀ ਚਾਹੁੰਦੀ ਹਾਂ, ਅੱਜ ਮੈਂ ਥੋੜਾ ਸਿੱਖ ਹੋ ਗਈ, ਮੇਰੇ ਰਾਕਾਲ ਦਾ ਥੋੜਾ ਜ਼ੁਕਾਮ ਹੋ ਗਿਆ, ਜੇ ਹਾਂਜੀ ਨਾ ਸਾਥ ਦੇ ਸਕੀ ਤਾਂ ਮਾਫ਼ ਕਰਨਾ, ਮੈਂ ਕੋਸ਼ਿਸ਼ ਕਰਦੀ ਹਾਂ। ਜੀ ਹਾਂਜੀ, ਆਪਾਂ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਦੇ ਸਾਰੇ ਹੀ ਫੈਨ ਆ, ਅਸੀਂ ਉਹਨਾਂ ਨੂੰ ਸਾਰੇ ਪੜ੍ਹਦੇ ਆ, ਗਾਉਂਦੇ ਆ, ਉਹਨਾਂ ਦੀ ਹਰ ਰਚਨਾ ਹੀ ਬੜੀ ਕਾਬਲੇ ਤਾਰੀਫ ਆ। ਤੇ ਮੈਂ ਉਹਨਾਂ ਦੇ ਵਿੱਚੋਂ ਇੱਕ ਗੀਤ ਗਾ ਰਹੀ ਆ, ਬਿਰਹੜਾ। ਜੀ ਲੋਕੀ ਪੂਜਣੀ ਰੱਬੇ ਵੇ ਮੈਂ ਤੇਰਾ ਬਿਰਹੜਾ, ਲੋਕੀ ਪੂਜਣੀ ਰੱਬੇ ਵੇ ਮੈਂ ਤੇਰਾ ਬਿਰਹੜਾ, ਲੋਕੀ ਪੂਜਣੀ ਰੱਬੇ ਵੇ ਸਾਨੂੰ ਸੋ ਮੱਕਿਆਂ ਦਾ ਹਜ, ਸਾਨੂੰ ਸੋ ਮੱਕਿਆਂ ਹਜ ਵੇ ਤੇਰਾ ਬਿਰਹੜਾ, ਲੋਕੀ ਪੂਜਣੇ ਰੱਬੇ ਵੇ ਮੈਂ ਤੇਰਾ ਬਿਰਹੜਾ,
ਲੋਕੀ ਪੂਜਣ ਰੱਬ ਨਾ ਇਸ ਵਿੱਚ ਕਿਸੇ ਤਨ ਦੀ ਮਿੱਟੀ ਨਾ ਇਸ ਵਿੱਚ ਕਿਸੇ ਮਨ ਦਾ ਕੂੜਾ ਨਾ ਇਸ ਵਿੱਚ ਕਿਸੇ ਤਨ ਦੀ ਮਿੱਟੀ ਨਾ ਇਸ ਵਿੱਚ ਕਿਸੇ ਮਨ ਦਾ ਕੂੜਾ ਅਸਾਂ ਚੜ ਛਟਾਇਆ ਸੱਜ ਅਸਾਂ ਚੜ ਛਟਾਇਆ ਸੱਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਜਦ ਪੀੜਾਂ ਮੇਰੇ ਪੈਰੀ ਪਈਆਂ ਸਿਦਕ ਮੇਰੇ ਦੇ ਸਦਕੇ ਗਈਆਂ ਜਦ ਪੀੜਾਂ ਮੇਰੇ ਪੈਰੀ ਪਈਆਂ ਸਿਦਕ ਮੇਰੇ ਦੇ ਸਦਕੇ ਗਈਆਂ ਸਾਨੂੰ ਵੇਖਣ ਆਇਆ ਜੱਗ ਸਾਨੂੰ ਵੇਖਣ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਨੂੰ ਤਾਂ ਕੁਝ ਸਮਝ ਨਾ ਆਈ ਦੁਨੀਆ ਮੈਨੂੰ ਦੱਸਣ ਆਈ ਮੈਨੂੰ ਤਾਂ ਕੁਝ ਸਮਝ ਨਾ ਆਈ ਦੁਨੀਆ ਮੈਨੂੰ ਦੱਸਣ ਆਈ ਕਾਹਨੂੰ ਤਖਤ ਬਿਠਾਇਆ ਜੀ ਸਾਨੂੰ ਤਖਤ ਬਿਠਾਇਆ ਜੀ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਜਦ ਵੀ ਗਮ ਦੀਆਂ ਕੜੀਆਂ ਆਈਆਂ ਲੈ ਕੇ ਪੀੜਾਂ ਤੇ ਤਨਹਾਈਆਂ ਜਦ ਵੀ ਗਮ ਦੀਆਂ ਕੜੀਆਂ ਆਈਆਂ ਲੈ ਕੇ ਪੀੜਾਂ ਤੇ ਤਨਹਾਈਆਂ ਅਸਾਂ ਕੋਲ ਬਿਠਾਇਆ ਸਦ ਅਸੀਂ ਕੋਲ ਬਿਠਾਇਆ ਸਦ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਵੇ ਸਾਨੂੰ ਸੌ ਮੱਕਿਆਂ ਦਾ ਹੱਜ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਲੋਕੀ ਪੂਜਣ ਰੱਬ ਧੰਨਵਾਦ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗੁਰਮੇਲ ਜੀ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਅਰਤਿੰਦਰ ਸੰਧੂ ਜੀ ਜੋ ਕਿ ਇੱਕ ਬਹੁਤ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਨੇ ਬਹੁਤ ਇੱਕ ਉੱਘੀ ਲੇਖਿਕਾ ਨੇ ਕਹਾਣੀਕਾਰਾਂ ਨੇ ਔਰ ਏਕਮ ਸਾਹਿਤਿਕ ਮੰਚ ਸਰਪ੍ਰਸਤ ਵੀ ਨੇ ਏਕਮ ਸਾਹਿਤਿਕ ਮੈਗਜ਼ੀਨ ਦੇ ਵੀ ਸੰਪਾਦਕ ਨੇ ਔਰ ਉਹ ਸਾਡੇ ਨਾਲ ਜੁੜੇ ਨੇ ਮੈਂ ਆਪ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਆਪ ਸ਼ਿਵ ਦੀ ਸ਼ਾਇਰੀ ਦੇ ਬਾਰੇ ਦੋ ਸ਼ਬਦ ਸਾਡੇ ਨਾਲ ਸਾਂਝੇ ਕਰੋ ਹੁਣ ਮੈਂ ਪੈ ਕੇ ਸੁਣ ਸਕਦੀ ਹਾਂ ਚਲ ਹੋ ਗਿਆ ਸਰ ਜੀ ਮਰਜ਼ੀ
हाँ जी, अपने आप नु बाकी सारे थोड़ा प्लीज म्यूट कर लो जी। अरतिंदर जी हेलो। हाँ जी, हुण सुनाई दे रही है आवाज़? जी 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 बिल्कुल सब तो पहला तो मैं लेट ज्वाइन करने वास्ते माफी चाहनी हाँ, क्योंकि मेरी तबीयत तुम दस्या सी कि खराब है, दो है। महीने दो हो महीने गए। हो गए हुण हुण भी कोई भी आ कोई गया से? हेलो, जी बोलो बोलो बोलो। हुण भी आवाज सुन रही है हाँ जी हाँ जी हाँ जी। जी हाँ जी, हुण भी कोई गेस्ट आ गया सी तो मैं उन्हां नूं तोर के बैठी हाँ, पता नहीं आ गया सी तो मैं क्या गुस्ताखी दी, माफी पहला मंगना मैं लेट पड़ी। शिव दी शायरी उदों तो पढ़नी सुननी शुरू की जदों मैं कॉलेज में सी। उन्हां दिनां विच ही उहदा जिहड़ा महाकाव्य लूणा आया, तां उदों जदों पता लगदा सी कि कोई नवीं किताब आई है तां फटाफट जाके खरीददे सी उदों। तां उन्हां दिनां विच शिव शिव हर पासे, जदों कोई कवि दरबार ऐसा नहीं सी जिथे शिव ना होवे, ते इंज लगदा सी कि कवि दरबार ही कंप्लीट ही नहीं हुंदा सी, पूरा नहीं संपूर्ण नहीं हुंदा जिन्ना चिर शिव नहीं हुंदा। ओरी कविता उस उम्र दे विच तां इन्नी ज्यादा टुंबदी सी, इन्नी नहीं सारिआं नूं, मेरे नाल दीआं सहेलियां, मेरी एक सहेली सी, मेरी फ्रेंड सी, वो सिंगर सी ते वो बहुत अच्छा गाउंदी सी। उहनां दिनां विच उहनूं शिव दे गीत गाउण वास्ते जां दूसरे गीत गाउण वास्ते अक्सर कवि दरबारां विच प्रोग्रामां च बुलाया जांदा सी। तां उह मेरे नाल आ के शिव दीआं गल्लां सांझीआं करदी सी कि जिस वेले शिव दा जो उहदे विचार सी, मैं अग्गे वी इह सांझी कर चुकी हां कि उह कहिंदी कि मैनूं ना शिव कुमार कहिंदा है कि उह जिहड़ी सुरिंदर तों लाइट देखदी है ना दूर, जिहड़ी कदी जगदी कदी बुझदी लगदी, दूरों लाइट देखो तां इस तरह लगदा, कहिंदा मेरी जिंदगी भी इस तरह ही है। उन्हें अपनी जिंदगी नू, अपनी कविता नू, उन्हें एक सार इस तरीके नाल सी कि उन्हें लगदा सी कि जिवें जिहो जी कविता लिख रहा उहो ही जिंदगी है, ते जिवें उह जिंदगी उसे तरह दी उह जिंदगी जी रहा सी। पर उह नवेकला सी, उहदे वर्गा शायर वर्गा होना तां मुश्किल ही हुंदा, खैर किसे वर्गा भी होना किसे दा भी मुश्किल हुंदा है। पर शिव जे इन्ने सालां तक अजे अद्धी सदी तो बाद भी प्रसंगक है, असीं उहदे गीत सुन रहे हाँ, गा रहे हाँ, ते उहदे गाए हुए गीत सुन रहे हैं, ते उहदे बारे चर्चा कर रहे हैं, तो समझो कि शिव कोई छोटी शख्सियत नहीं सी, कोई छोटा शायर नहीं सी, हाँ जी बहुत हाँ जी वड्डी उहनां दिनां विच। ते इस प्रोग्राम वास्ते सरबजीत सोल होरां नूं, साहित अकैडमी डॉक्टर कुलदीप सिंह सतिंदर होरां नूं, जिन्ने भी इंतजाम करन वाले ने उहनां सारिआं नूं बहुत बहुत मुबारक। ते तुसीं कि तुसीं शिव नूं याद कर रहे हो, अच्छे शायरां नूं याद करना जिहड़ा है उह समझो कि असीं अच्छे साहित नूं याद रखना है, अपनी विरासत नूं याद रखना है, ते ये काम तुसीं सारे बहुत खूबसूरती नाल कर रहे हो। इस वास्ते बहुत सारियां मुबारकां, ते शुभ इच्छावां, ते मैनूं शामिल होण दा भी माण दे जे विच, बहुत शुक्रिया, बहुत शुक्रिया रतिंदर संधू जी, बहुत शुक्रिया। क्योंकि सो मैनूं तां संपादक दे तौर ते ही शामिल कीता गया है, नहीं क्योंकि नहीं तुसी मैं इस लेखक करके जी अपनी बहुत किसे होर गल नहीं कर रही, क्योंकि मैं
ਮੇਰੀ ਆਪਣੀ ਕਵਿਤਾ ਜਾਂ ਕਿਸੇ ਗੱਲ ਬਾਰੇ ਨਹੀਂ। ਹਾਂ ਮੈਂ ਸੰਪਾਦਕ ਜ਼ਰੂਰ ਹਾਂ ਕਿ 12 ਜੀ, ਸਾਲਾਂ ਅਸੀਂ ਤੋਂ ਅੱਜ ਸ਼ਿਵ ਕਿਸੇ ਦੇ ਵੀ ਬਾਰੇ ਗੱਲ ਸੰਪਾਦਕ ਕਰਨੀ ਕਰੇ। ਸੀ, ਸ਼ਿਵ ਦੇ ਬਾਰੇ ਗੱਲ ਕਰਨੀ ਸੀ। ਬਹੁਤ ਚਲੋ ਸ਼ੁਕਰੀਆ ਜੀ, ਜੀ। ਮੈਂ ਸਰਦਾਰ ਅਜੈਬ ਸਿੰਘ ਚੱਠਾ ਜੀ ਨੂੰ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਜੀ ਨੂੰ ਕਹਾਂਗੀ ਕਿ ਸਾਡੇ ਅੱਜ ਦੇ ਪ੍ਰੋਗਰਾਮ ਬਾਰੇ 2 ਸ਼ਬਦ ਜ਼ਰੂਰ ਕਹੋ, ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਨਾਲ ਪਰਮਜੀਤ ਜੀ ਕਿਸੇ ਕਾਰਨ ਕਰਕੇ ਜੁੜ ਨਹੀਂ ਸਕੇ, ਉਹਨਾਂ ਨੂੰ ਮੈਸੇਜ ਕਰ ਰਹੇ ਸੀ। ਸੋ ਸਾਡੇ ਪ੍ਰੋਗਰਾਮ ਸਮਾਪਤੀ ਵੱਲ ਵੱਧ ਰਿਹਾ ਹੈ। ਸੋ ਮੈਂ ਚੱਠਾ ਸਾਹਿਬ ਨੂੰ ਕਹਾਂਗੀ ਕਿ ਅੱਜ ਸ਼ਿਵ ਦੀ ਸ਼ਾਇਰੀ ਤੇ ਤੁਸੀਂ ਵੀ 2 ਸ਼ਬਦ ਜ਼ਰੂਰ ਕਹੋ। ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸ਼ਿਵ ਜੀ ਬਾਰੇ ਕਾਫੀ ਸੁਣਿਆ ਸੀਗਾ, ਮੈਨੂੰ ਇਹ ਪਤਾ ਸਾਡੇ ਨਕੋਦਰ ਆਏ ਵੀ ਆ, ਉਹ 72 ਜਾਂ 73 ਦੇ ਵਿੱਚ ਜੋ ਡੈਥ ਹੋਣ ਤੋਂ ਪਹਿਲਾਂ ਉਹ ਸਾਡੇ ਇਸ ਨਕੋਦਰ ਦੇ ਵਿੱਚ ਉਹਨਾਂ ਨੇ ਭਾਗ ਲਾਏ ਵੀ ਹੈਗੇ ਆ, ਤੇ ਉਹਨਾਂ ਜਿਹੜੇ ਮਿਲੇ ਆ ਬੰਦੇ, ਮੈਨੂੰ ਬਹੁਤ ਸਾਰੇ ਬੰਦੇ ਮਿਲਦੇ ਵੀ ਰਹੇ ਜਿਹੜੇ ਉਹਨਾਂ ਬਾਰੇ ਗੱਲਾਂ ਕਰਦੇ ਰਹਿ ਗਿਆ। ਅੱਜ ਤੁਹਾਡੇ ਕੋਲੋਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ, ਜੋ ਕੁਲਦੀਪ ਜੀ ਨੇ ਗੱਲਾਂ ਕੀਤੀਆਂ ਹੈਗੀਆਂ, ਸ਼ਾਇਦ ਇਕਬਾਲ ਜੀ ਜਿਹੜੇ ਗੱਲ ਕੀਤੀ ਹੈਗੀ ਆ, ਰਜ਼ਾਕ ਸਾਹਿਬ ਨੇ, ਚੰਗਾ ਲੱਗਾ ਸਾਰਾ ਸੁਣ ਕੇ। ਧੰਨਵਾਦ ਤੁਹਾਡਾ ਬਹੁਤ ਜੀ, ਤੁਸੀਂ ਮੌਕਾ ਦੇਣੇ ਮੈਨੂੰ ਸੁਣਨ ਦੇ ਲਈ, ਤੁਹਾਡਾ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਤੇ ਮੈਂ ਡਾਕਟਰ ਸਰਬਜੀਤ ਕੌਰ ਸੋਲ, ਜਿਹੜੇ ਕਿ ਬੜੀ ਗਤੀਸ਼ੀਲ ਅਗਵਾਈ ਨੇ, ਜਿੰਨੇ ਵੀ ਪ੍ਰੋਗਰਾਮਸ ਨੇ ਉਹਨਾਂ ਦੀ ਅਗਵਾਈ ਹੇਠ ਹੁੰਦੇ ਨੇ, ਉਹ ਸਾਨੂੰ ਆਊਟਲਾਈਨਸ ਦਿੰਦੇ ਨੇ ਤੇ ਅਸੀਂ ਪ੍ਰੋਗਰਾਮਸ ਕਰਦੇ ਹਾਂ, ਤੇ ਇਹੀ ਪ੍ਰੋਗਰਾਮ ਨੂੰ ਸਮਅਪ ਵੀ ਕਰਨਗੇ ਜੀ ਡਾਕਟਰ ਸੋਲ। ਬਹੁਤ ਸ਼ੁਕਰੀਆ ਸਤਿੰਦਰ ਜੀ। ਵੈਸੇ ਤਾਂ ਬਹੁਤ ਸੋਹਣੀਆਂ ਗੱਲਾਂ ਹੋ ਚੁੱਕੀਆਂ ਨੇ, ਤੁਸੀਂ ਸਭ ਦਾ ਧੰਨਵਾਦ ਵੀ ਕਰ ਦਿੱਤਾ ਆ। ਤੇ ਕੁਝ ਕਿਉਂਕਿ ਇਹ ਪ੍ਰੋਗਰਾਮ 11 ਥਾਵਾਂ ਤੇ ਸ਼ੇਅਰ ਵੀ ਹੋਇਆ, ਤੇ ਬਹੁਤ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਚੋਂ ਸੁਨੀਲ ਚੰਦਿਆਨਵੀ ਜੀ, ਹਰਪ੍ਰੀਤ ਕੌਰ ਜੀ, ਰਾਜ ਲਾਲੀ ਬਟਾਲਾ ਜੀ ਵੀ ਨੇ ਮੈਸੇਜ ਭੇਜਿਆ ਕਿ ਸ਼ੁਕਰਾਨੇ ਪੰਜਾਬ ਸਾਹਿਤ ਅਕਾਦਮੀ, ਮੈਡਮ ਸੋਲ ਜੀ, ਡਾਕਟਰ ਦੀਪ ਜੀ, ਕਾਲੋ ਭੈਣ ਜੀ ਤੇ ਸਾਰੇ ਹੀ ਵਿਦਵਾਨ, ਚਿੰਤਕ ਸੂਝਵਾਨ, ਅਮਨਜੋਤ ਜੋਲੀ, ਦਲਜੀਤ ਕੌਰ ਹਥੂਰ, ਅਮਨ ਢਿੱਲੋਂ ਕਸੇਲ, ਜੰਗ ਬਹਾਦਰ ਗੋਇਲ ਤੇ ਹੋਰ ਵੀ ਬਹੁਤ ਸਾਰੇ, ਕਿਉਂਕਿ ਸਾਰੀਆਂ ਥਾਵਾਂ ਦੇ ਉੱਤੇ ਮੈਂ ਸ਼ੇਅਰ ਕੀਤਾ ਸੀ ਤੇ ਹੁਣ ਉਹ ਸਾਰਿਆਂ ਦੇ ਨਾਂ ਕਿਉਂਕਿ ਉਹਦੇ ਤੇ ਨਹੀਂ ਆ ਰਹੇ। ਸੋ ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਿ ਇਹ ਪ੍ਰੋਗਰਾਮ ਜਿਹੜਾ ਸੀਗਾ, ਔਰ ਸਭ ਤੋਂ ਵੱਧ ਧੰਨਵਾਦ ਸਤਿੰਦਰ ਕਾਲੋ ਜੀ ਦਾ, ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਔਰ ਇਸ ਖੂਬਸੂਰਤੀ ਦੇ ਨਾਲ ਇਹਨੂੰ ਮੁਕੰਮਲ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਡਾਕਟਰ ਸੋਲ। ਔਰ ਸ਼ਿਵ ਦਾ ਇਹ ਪ੍ਰੋਗਰਾਮ ਸ਼ਿਵ ਦੀਆਂ ਹੀ ਚੰਦ ਲਾਈਨਾਂ ਦੇ ਨਾਲ ਸਮਾਪਤ ਕਰਾਂਗੇ। ਮਾਏ ਨੀ ਮਾਏ, ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਸ਼ਿਕਰਾ ਯਾਰ ਬਣਾਇਆ, ਛੁਰੀ ਕੁੱਟਾਂ ਤੇ ਉਹ ਖਾਂਦਾ ਨਹੀਂ, ਅਸਾਂ ਦਿਲ ਦਾ ਮਾਸ ਖੁਆਇਆ, ਇੱਕ ਉਡਾਰੀ ਉਸ ਐਸੀ ਮਾਰੀਓ, ਮੁੜ ਵਤਨੀ ਨਾ ਆਇਆ, ਮੁੜ ਵਤਨੀ ਨਾ ਆਇਆ। ਭਾਵੇਂ ਸ਼ਿਵ ਸਾਡੇ ਦਰਮਿਆਨ ਨਹੀਂ, ਪਰ ਉਹ ਸਾਡੀ ਫਿਜ਼ਾ ਚ, ਹਵਾ ਚ, ਹਰ ਕਣ ਕਣ ਵਿੱਚ, ਜਿਵੇਂ ਸ਼ਿਵ ਨੇ ਕਿਹਾ ਕਿ ਮੈਂ ਰੁੱਖਾਂ ਦੇ ਵਿੱਚ ਹਾਂ, ਉਹ ਹਰ ਰੁੱਖ ਚ, ਹਰ ਪੌਦੇ ਚ ਹੈ ਤੇ ਸਾਨੂੰ ਹਮੇਸ਼ਾ ਦਿਖਾਈ ਦਿੰਦਾ ਹੈ, ਸਾਡੇ ਮਨ ਦੇ ਅੰਦਰ ਦਿਸਦਾ ਹੈ, ਸਾਡੀ ਸ਼ਾਇਰੀ ਨੂੰ ਪ੍ਰੇਰਿਤ ਕਰਦਾ ਹੈ।
ਸੋ ਸਲਾਮ ਹੈ ਅੱਜ ਸ਼ਿਵ ਨੂੰ ਔਰ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਸਫਲ ਬਣਾਉਣ ਲਈ ਸਾਰੇ ਹੀ ਸਾਥੀ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੀ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਡਾਕਟਰ ਸੋਹਲ ਜੀ ਦਾ ਖਾਸ ਕਰ ਸ਼ੁਕਰੀਆ ਡਾਕਟਰ ਰਜ਼ਾਕ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਾਡੇ ਲਈ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਸਭ ਦਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਬਹੁਤ ਸ਼ੁਕਰੀਆ